ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਉਚਾਰੀ ਦੋਏ ਕਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ
कान सुनै उपमा गुर की, गुर मूरत ध्यान हृदय मह तारी। वाहे गुरु श्री गुरु नानक साहिब, सेवक सरण गही दरबारी। डंडौत बंदन अनक बार, सर्व कला समरथ। डोलन ते राख प्रभु, नानक दे कर हथ। ज्ञान अंजन गुर दिया, ज्ञान अंधेर बनास। हर कृपा ते संत पेटिया, नानक मन परगास। मूक उचरै शास्त्र खाट, पिंग गिरन चढ़ जाए। अंध लखै बदरो सुने, जो काल कृपा कराए। वाहिगुरु जी का खालसा, वाहिगुरु जी की फतेह। भगत वत्सल, करुणा निदान दीना बंधु, पतत पावन जगत गुरु निरंजनी ज्योत, धन धन साहिब श्री गुरु नानक देव जी महाराज, धन धन साहिब श्री गुरु गोविंद सिंह साहिब जी महाराज, धन धन साहिब श्री गुरु ग्रंथ साहिब जी महाराज जी की अपार बख्शिश कृपालता का सदका, आप समूह साध संगत, धन धन साहिब श्री गुरु हर राय साहिब जी महाराज जी के पावन पवित्र यादगारी स्थान विखे, साहिब श्री गुरु ग्रंथ साहिब जी महाराज जी के पावन दरबार की हाजरी भरते हुए, दिवाली का त्यौहार, बंदी छोड़ दिवस, भाई साहब भाई मनी सिंह जी का शहीदी पुरब मनाउण वास्ते बेअंत संगतां देश विच और प्रदेश विच जिथे जिथे भी इतिहासक स्थान जां नगरां दे स्थान हन, संगतां सतगुरु जी दे पावन चरणां विच जुड़ के इन्हां गुरपुरबां नूं शहीदी दिनां नूं मनाउण दा सुभाग प्राप्त कर रहियां हन। प्रबंधक अपने ढंग नाल संगतां नूं सहयोग दे के अते संगतां प्रबंधकां दे नाल पूरा मिलवर्तन दिंदियां होईयां गुरु महाराज की ओट आसरा लै के ये गुरपुरब मनाए जा रहे हैं। सो जिथे अज दरबार साहब तथा सारे ही गुरु स्थानां ते, उथे धन धन साहिब श्री गुरु हर राय साहिब जी महाराज उन्हां दे पावन दरबार दे अंदर भी ये गुरपुरब शहीदी जोड़ मेला मनाया जा रहा है। बेअंत संगतां अज इस पुरब नूं मनाउण वास्ते गुरु महाराज जी नूं शरदा दर्शनी भेट अर्पण करके नतमस्तक हो रही हैं ते शाम दे दीवान आरंभ हैं। आप जी ने हुण तक गुरबाणी दे कीर्तन दा आनंद माणिया है। जो प्रबंधकां ने समां निश्चित कीता है उस दे मुताबक धन धन साहिब श्री गुरु हरगोबिंद साहिब जी महाराज किस तरह बंदी छोड़ बने और भाई साहब भाई मनी सिंह जी ने किस तरह धर्म अस्थाना दे गुरपुर मनाउण वास्ते
ਸ਼ਹੀਦੀ ਅਤੇ ਬਲੀਦਾਨ ਦਿੱਤਾ। ਇਹ ਜੋ ਪੁਰਵਿਆਜ ਦੇ ਨਾਲ ਪੁਰਾਤਨੀ ਇਤਿਹਾਸ ਵੀ ਜੁੜੇ ਹੋਏ ਹੈ, ਲੰਕਾ ਨੂੰ ਫਤਿਹ ਕਰਨ ਤੋਂ ਬਾਅਦ ਦੁਸ਼ਟ ਰਾਜ ਦਾ ਸਫਾਇਆ ਕਰਕੇ ਔਰ ਅਧਰਮੀ ਰਾਵਣ ਨੂੰ ਮਾਰ ਕੇ ਅਤੇ ਲੰਕਾ ਦੇ ਰਾਜ ਗੱਦੀ ਦੇ ਉੱਪਰ ਧਰਮੀ ਪੁਰਖ ਭਵੀਖਣ ਨੂੰ ਬਹਾਲ ਕੇ ਰਾਜ ਗੱਦੀ ਦਾ ਤਿਲਕ ਦਿੱਤਾ ਔਰ ਅਯੁੱਧਿਆ ਵਾਪਸ ਆਏ ਅਤੇ ਉਸ ਸਮੇਂ ਦੀ ਪਰਜਾ ਅਤੇ ਸੰਗਤ ਨੇ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਜੀ ਦੇ ਅਯੁੱਧਿਆ ਆਉਣ 'ਤੇ ਦੀਪਮਾਲਾ ਕੀਤੀ ਅਤੇ ਪੁਰਾਤਨ ਇਤਿਹਾਸ ਨਾਲ ਵੀ ਇਹ ਦਿਨ ਸੰਬੰਧਿਤ ਹੈ। ਇਸ ਤਰ੍ਹਾਂ ਜੈਨੀਆਂ ਦੇ ਜੋ ਗੁਰੂ ਮਹਾਂਵੀਰ ਉਹ ਮੰਨਦੇ ਹੈ ਕਿ ਦੀਵਾਲੀ ਵਾਲੇ ਦਿਨ ਉਹਨਾਂ ਨੂੰ ਨਿਰਵਾਣ ਪਦ ਜੋ ਪ੍ਰਾਪਤ ਹੋਇਆ ਅਤੇ ਆਰੀਆ ਸਮਾਜੀ ਵੀ ਇਸ ਦਿਨ ਨਾਲ ਕੁਝ ਆਪਣਾ ਇਤਿਹਾਸ ਜੋੜਦੇ ਹੈ। ਇਹ ਜੋ ਦਿਨ ਆ ਇੱਕ ਲੌਕਿਕ ਇਤਿਹਾਸ ਵੀ ਬਣ ਗਿਆ। ਸੋ ਜਿਹੜੇ ਮਾਇਆ ਦੇ ਪੁਜਾਰੀ ਹੈ ਉਹ ਦੀਵਾਲੀ ਦੀ ਰਾਤ ਨੂੰ ਲਕਸ਼ਮੀ ਦੀ ਪੂਜਾ ਕਰਦੇ ਆ, ਸਾਰੇ ਦਰਵਾਜ਼ੇ ਖੋਲ੍ਹ ਦਿੰਦੇ ਆ ਕਿ ਅੱਜ ਮਾਇਆ ਦੇ ਖੁੱਲ੍ਹੇ ਗੱਫੇ ਚਾਰ ਚੁਫੇਰਿਓਂ ਆਉਣ ਅਤੇ ਜਿਹੜੇ ਮੰਤਰੀ ਯੰਤਰੀ ਤੰਤਰੀ ਹੈ ਉਹ ਵੀ ਇਸ ਦਿਨ ਦੇ ਉੱਤੇ ਕਾਫੀ ਸ਼ਬਦ ਸਿੱਧੀਆਂ ਕਰਨ ਦੀ ਕੋਸ਼ਿਸ਼ ਕਰਦੇ ਆ ਅਤੇ ਕਈ ਇਸ ਦਿਨ ਦੇ ਉੱਤੇ ਫਿਰ ਜੂਆ ਵੀ ਖੇਡਦੇ ਆ ਅਤੇ ਦੂਏ ਦਿਨ ਫਿਰ ਨਸ਼ਿਆਂ ਪੱਤਿਆਂ 'ਚ ਲੱਗ ਕੇ ਪਹਿਲੇ ਦਿਨ ਦੀਵਾਲੀ ਅਤੇ ਦੂਏ ਦਿਨ ਦੀਵਾਲਾ ਨਿਕਲ ਜਾਂਦਾ ਅਤੇ ਉਹ ਲੱਛਮੀ ਹੋਰ ਭਾਲਦਿਆਂ ਭਾਲਦਿਆਂ ਨੀਂਦ ਆ ਗਈ ਅਤੇ ਦਰਵਾਜ਼ੇ ਖੁੱਲ੍ਹੇ ਹੈ, ਚੋਰ ਜਿਹੜਾ ਅਗਲਾ ਮਾਲ ਮਤਾ ਉਹ ਵੀ ਲੈ ਜਾਂਦੇ ਆ, ਇਸ ਤਰ੍ਹਾਂ ਵੀ ਦੀਵਾਲਾ ਨਿਕਲ ਜਾਂਦਾ ਅਤੇ ਬੁਰੀਆਂ ਆਦਤਾਂ ਵਿੱਚ ਵੀ। ਪਰ ਗੁਰੂ ਮਹਾਰਾਜ ਨੇ ਪੁਰਾਣੇ ਜਿਹੜੇ ਪੁਰਬ ਸੀ ਭਾਵੇਂ ਉਹਨਾਂ ਦੀ ਸ਼ੁਰੂਆਤ ਪਹਿਲਾਂ ਕਿਸੇ ਸਮੇਂ ਕਿਸੇ ਮਹਾਂਪੁਰਸ਼ ਦੇ ਕਿਸੇ ਕਰਤੱਵ ਦੁਆਰਾ ਹੋਈ ਸੀ, ਜਿਵੇਂ ਹੋਲੀ ਦਾ ਤਿਉਹਾਰ ਹੈ, ਬਾਅਦ ਵਿੱਚ ਇਹ ਵੀ ਕੁਝ ਹੋਰ ਰੂਪ ਧਾਰ ਗਿਆ ਸੀ ਅਤੇ ਇੱਕ ਦੂਏ ਨੇ ਇੱਕ ਦੂਏ 'ਤੇ ਗੰਦ ਘੋਲ ਕੇ ਸੁੱਟਣਾ ਅਤੇ ਦੀਵਾਲੀ ਜਿਹੜੀ ਸੀ ਉਹ ਵੀ ਨਸ਼ਿਆਂ ਅਤੇ ਜੁਆਰੀਆਂ ਦਾ ਦਿਨ ਬਣ ਗਿਆ ਸੀ ਅਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਬੜੀ ਕਿਰਪਾਲਤਾ ਕੀਤੀ। ਜਿਹੜੇ ਪੁਰਾਣੇ ਕਈ ਪੁਰਬ ਸਨ ਉਹਨਾਂ ਵਿੱਚ ਤਰੁੱਟੀਆਂ ਆਈਆਂ ਸਨ, ਕਮਜ਼ੋਰੀਆਂ, ਉਹਨਾਂ ਦਾ ਵੀ ਸੁਧਾਰ ਕੀਤਾ ਅਤੇ ਆਪ ਵੀ ਕੋਈ ਵਿਲੱਖਣ ਇਤਿਹਾਸ ਦੀ ਸਿਰਜਣਾ ਕੀਤੀ ਅਤੇ ਅੱਜ ਅਸੀਂ ਗੁਰਮਤਿ ਸੰਬੰਧੀ ਜੋ ਵਿਚਾਰ ਹੈ ਉਹ ਸ਼ਰਵਣ ਕਰਨ ਵਾਸਤੇ ਸਾਰੇ ਸਤਿਗੁਰੂ ਜੀ ਦੇ ਚਰਨਾਂ 'ਚ ਸਮਾਧੀਆਂ ਲਾ ਕੇ ਬੈਠੇ ਹਾਂ ਅਤੇ ਆਰੰਭਤਾ ਤੋਂ ਪਹਿਲਾਂ ਸਾਰੀ ਸੰਗਤ ਨੂੰ ਬੇਨਤੀ ਕਰ ਰਿਹਾ ਹਾਂ ਕਿ ਸਮਾਂ ਕਿਤੇ ਕਿਤੇ ਮਿਲਦਾ ਹੈ ਅਤੇ ਜਿੰਨਾ ਚਿਰ ਵੀ ਵਿਚਾਰ ਹੋਵੇ ਇੱਕ ਤਾਂ ਖਮੋਸ਼ੀ ਬਖਸ਼ਿਸ਼ ਕਰਿਓ ਅਤੇ ਦੂਸਰਾ ਉਹਨਾਂ ਚਿਰ ਸਾਰੇ ਇਕਾਗਰ ਹੋ ਕੇ ਵਿਚਾਰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਹੈ ਅਤੇ ਗੁਰੂ ਮਹਾਰਾਜ ਦਾ ਹੁਕਮ ਵੀ ਇਹ ਹੀ ਹੈ, ਜਦੋਂ ਸੰਗਤ ਵਿੱਚ ਆਓ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਓ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਓ। ਜੇ ਸੱਚੇ ਦੇ ਨਾਲ ਆਪਣੇ ਮਨ ਨੂੰ ਰੰਗ ਲਾਂਗੇ
ਇਹ ਦਰਗਾਹ ਦੇ ਵਿੱਚ ਭਾਈ ਸਾਨੂੰ ਅਸਥਾਨ ਮਿਲੇਗਾ। ਇਹ ਜਿਹੜੇ ਗੁਰਦੁਆਰੇ ਹੈ ਇਸ ਮਾਤ ਲੋਕ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਦਰਗਾਹ ਹੈ, ਅਤੇ ਜੇ ਇੱਥੇ ਪ੍ਰੀਖਿਆ ਪਾਸ ਕਰਾਂਗੇ ਤਾਂ ਅਗਲੇ ਲੋਕ ਦੀ ਦਰਗਾਹ 'ਚ ਸਾਨੂੰ ਤਾਂ ਹੀ ਦਾਖਲਾ ਮਿਲੇਗਾ। ਅਤੇ ਆ ਮਾਈਆਂ ਨੂੰ ਭਾਈ ਬੇਨਤੀ ਕਰ ਦਿਓ, ਮੈਂ ਤਾਂ ਕੀਤੀ ਸੀ ਕਿ ਕਿਰਪਾ ਕਰ ਦਿਓ ਵੀ ਤੁਸੀਂ ਜੋੜਿਆਂ ਵਾਲੀ ਜਗ੍ਹਾ ਗੱਲਾਂ ਨਾ ਕਰੋ। ਸੋ ਇਹ ਧਰਤੀ ਦੇ ਉੱਤੇ ਜਿਵੇਂ ਦਰਬਾਰ ਸਾਹਿਬ ਆ, ਇਹ ਸੱਚਖੰਡ ਦਾ ਨਕਸ਼ਾ ਰੱਖਿਆ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਜ਼ਰ ਨਿਹਾਲ। ਉਹਦੇ ਬਿਲਕੁਲ ਸਾਹਮਣੇ ਛੇਵੇਂ ਪਾਤਸ਼ਾਹ ਜੀ ਨੇ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ। ਗੱਜ ਕੇ ਬੋਲੋ। ਸੋ ਇਹ ਧਰਤੀ ਦੇ ਕਿਉਂ ਰੱਖਿਆ ਕਿ ਮੇਰਾ ਸਿੱਖ ਜੇ ਇਸ ਨਕਸ਼ੇ ਨੂੰ ਹਿਰਦੇ 'ਚ ਵਸਾ ਲਏਗਾ, ਅਗਲੇ ਲੋਕ ਜਾਏਗਾ ਅਤੇ ਉਹਨੂੰ ਕਿਸੇ ਤਰ੍ਹਾਂ ਦਾ ਮਗਾਲਤਾ ਨਾ ਲੱਗੇ, ਅਤੇ ਉਹ ਸੱਚਖੰਡ ਵਿੱਚ ਬਾਣੀ ਪੜ੍ਹਨ ਵਾਲਾ ਸੌਖਿਆਂ ਹੀ ਪ੍ਰਵੇਸ਼ ਕਰ ਸਕੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਤਾਂ ਬੜੀ ਸੁੰਦਰ ਮਿਸਾਲ ਦਿੱਤੀ ਹੈ। ਕਹਿੰਦੇ ਵੀ ਇੱਕ ਪਾਸੇ ਸੱਚਖੰਡ ਸੀ, ਇੱਕ ਪਾਸੇ ਤਿੰਨ ਲੋਕ ਸੀ। ਜਦੋਂ ਉਹਨਾਂ ਨੂੰ ਤੋਲਿਆ ਗਿਆ ਅਤੇ ਸੱਚਖੰਡ ਧਰਤੀ 'ਤੇ ਰਹਿ ਗਿਆ, ਉਹ ਲੋਕਾਂ ਦੇ ਕਰਮ ਉੱਪਰ ਉੱਠ ਗਏ। ਗੱਜ ਕੇ ਬੋਲੋ। ਦਰਬਾਰ ਸਾਹਿਬ ਬਾਰੇ ਕਿਤਨੀ ਸ਼ਰਧਾ ਦਾ ਪ੍ਰਗਟਾਓ ਉਹਨਾਂ ਨੇ ਕੀਤਾ। ਡਿੱਠੈ ਸਭੇ ਥਾਵ ਨਹੀਂ ਤੁਧ ਜਿਹਾ, ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਬਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮ ਲਜਾਏ ਨਾਇਆ ਰਾਮਦਾਸ ਸਰ। ਇਹ ਰਾਮ ਦੇ ਦਾਸਾਂ ਦਾ ਸਰ ਜੋ ਸਰੋਵਰ, ਇਸੇ ਦਾ ਨਾਮ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ, ਦਰਬਾਰ ਸਾਹਿਬ, ਹਰਿਮੰਦਰ ਸਾਹਿਬ। ਅਤੇ ਹਰਿਮੰਦਰ ਸਾਹਿਬ ਦੀ ਜਿਹੜੀ ਦੀਵਾਲੀ ਹੈ ਉਹ ਸਾਰੀ ਵਰਲਡ ਵਿੱਚ ਮਸ਼ਹੂਰ ਹੈ। ਅੱਜ ਜੋ ਉੱਥੇ ਜਲਾਓ ਆ, ਅਤੇ ਜਿਸ ਤਰ੍ਹਾਂ ਆਪਣੇ ਦੀਵਾਲੀ ਕੀ ਰਾਤ ਦੀਵੇ ਵਾਲੀਆਂ ਸੱਜ ਤੱਜ, ਅਲੌਕਿਕ ਹੀ ਇਹ ਦ੍ਰਿਸ਼ ਦਰਬਾਰ ਸਾਹਿਬ ਹੁੰਦਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਦੇ ਅੰਦਰ, ਕਿ ਸਿੱਖਾਂ ਵਿੱਚ ਜਿਵੇਂ ਕਿਸੇ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਨਕਾਣਾ ਸਾਹਿਬ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਸੀ, ਅਤੇ ਵਿਸਾਖੀ ਪੰਜਾ ਸਾਹਿਬ ਔਰ ਬਟਵਾਰਾ ਹੋਣ ਤੋਂ ਫਿਰ ਸ਼੍ਰੀ ਸੁਲਤਾਨਪੁਰ ਲੋਧੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ, ਅਤੇ ਜੋ ਚੌਦਸ ਉਹ ਤਰਨ ਤਾਰਨ, ਅਤੇ ਅਮਾਵਸ ਸ਼੍ਰੀ ਅੰਮ੍ਰਿਤਸਰ ਸਾਹਿਬ, ਪੂਰਨਮਾਸ਼ੀ ਸ਼੍ਰੀ ਗੋਇੰਦਵਾਲ ਸਾਹਿਬ, ਬਸੰਤ ਪੰਜਵੀਂ ਪਟਿਆਲੇ ਦੁੱਖ ਨਿਵਾਰਨ ਜਾਂ ਗੁਰੂ ਕੇ ਲਾਹੌਰ ਸਾਹਿਬ, ਔਰ ਹੋਲਾ ਮੁਹੱਲਾ ਸ਼੍ਰੀ ਅਨੰਦਪੁਰ ਸਾਹਿਬ, ਦੁਸਹਿਰਾ ਸ਼੍ਰੀ ਚਮਕੌਰ ਸਾਹਿਬ, ਅਤੇ ਸਭਾ ਫਤਿਹਗੜ੍ਹ ਸਾਹਿਬ, ਮਾਘੀ ਮੁਕਤਸਰ ਸਾਹਿਬ, ਔਰ ਵਿਸਾਖੀ ਉੱਧਰ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ। ਇਸੇ ਤਰ੍ਹਾਂ ਮਹਾਰਾਜ ਦਾ ਗੁਰਤਾ ਗੱਦੀ ਔਰ ਹਜ਼ੂਰ ਦਾ ਜੋਤੀ ਜੋਤ ਸਮਾਉਣ ਦਾ ਸੱਚਖੰਡ ਹਜ਼ੂਰ ਸਾਹਿਬ, ਦਸਮ ਗੁਰੂ ਜੀ ਦਾ ਅਵਤਾਰਪੁਰ ਪਟਨਾ ਸਾਹਿਬ, ਧੰਨ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀਪੁਰ ਡੇਰਾ ਸਾਹਿਬ ਲਾਹੌਰ, ਇਸ ਤਰ੍ਹਾਂ ਸਾਰੇ ਗੁਰਪੁਰਬ ਜਾਣ ਲੈਣੇ ਕਿ ਉਹਨਾਂ ਦੀ ਜਿਵੇਂ ਵੰਡ ਗੁਰੂ ਮਹਾਰਾਜ ਨੇ ਕੀਤੀ ਉਸ ਪਰੰਪਰਾ ਮੁਤਾਬਕ, ਅਤੇ ਦੀਵਾਲੀ ਦਾ ਜਿਹੜਾ ਤਿਉਹਾਰ ਹੈ ਇਹ ਦਰਬਾਰ ਸਾਹਿਬ, ਅੱਜ ਜੋ ਉੱਥੇ ਅਲੌਕਿਕ ਦ੍ਰਿਸ਼ ਹੈ ਉਹ ਵੀ ਇੱਕ ਦੇਖਣ ਯੋਗ ਅਤੇ ਵਰਣਨ ਕਰਨ ਤੋਂ ਸਾਧ ਸੰਗਤ ਜੀ ਬੜਾ ਮਹਿੰਗਾ
ਜੋ ਅੱਜ ਸਾਂਝਤਾ ਜੋ ਮਹਾਰਾਜ ਦੀ ਕਿਰਪਾ ਜਾਂ ਪਹਿਲੇ ਪ੍ਰਕਾਸ਼ 'ਤੇ ਜਿਵੇਂ ਦਰਬਾਰ ਸਾਹਿਬ ਦੇ ਦਿਨ ਮਨਾਏ ਜਾਂਦੇ ਆ, ਉਸ ਦਿਨ ਸਾਰਾ ਜਲੌ ਲਾਇਆ ਜਾਂਦਾ ਹਰ ਤਰ੍ਹਾਂ। ਸੋ ਬੇਅੰਤ ਮਹਾਂਪੁਰਖ ਸੰਗਤਾਂ ਇਸ ਦਿਨ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਸਾਹਿਬ ਦੇ ਇਸ਼ਨਾਨ ਔਰ ਦਰਬਾਰ ਸਾਹਿਬ ਦੇ ਦਰਸ਼ਨ, ਹਰ ਕੋਈ ਪੌੜੀ ਤੋਂ ਚਰਨਾਮਤ ਔਰ ਅਕਾਲ ਤਖਤ ਦੀਵਾਨ ਜਾਂ ਮੰਜੀ ਸਾਹਿਬ ਕਥਾ, ਦਰਬਾਰ ਸਾਹਿਬ ਕੀਰਤਨ, ਲੰਗਰ, ਬਾਕੀ ਸਾਰਾ ਹੀ ਜਾਣ ਲੈਣਾ ਕਿ ਗੁਰੂ ਮਹਾਰਾਜ ਦੀ ਕਿੰਨੀ ਬਖਸ਼ਿਸ਼ ਹੁੰਦੀ ਹੈ। ਔਰ ਅਕਾਲ ਤਖਤ ਜਿਵੇਂ ਛੇਵੇਂ ਪਾਤਸ਼ਾਹ ਉੱਥੇ ਪਹੁੰਚੇ ਸੀ, ਇਹ ਸਾਰੀ ਵਿਚਾਰਧਾਰਾ। ਸੋ ਕੁਝ ਡੇਟਾਂ ਜਿਵੇਂ ਇਤਿਹਾਸ ਵਾਲਿਆਂ ਨੇ ਦੱਸੀਆਂ ਉਹ ਇਸ ਪ੍ਰਕਾਰ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੇਠ ਸੁਦੀ 4 ਦੋ ਹਾੜ ਅਤੇ ਸੰਮਤ ਬਿਕਰਮੀ 1663 30 ਮਈ 1606 ਨੂੰ ਜੋਤੀ ਜੋਤ ਸਮਾਏ ਸਨ ਔਰ 25 ਸਾਲ 9 ਮਹੀਨੇ ਉਹਨਾਂ ਨੇ ਗੁਰਤਾਗ ਦੀ ਕੀਤੀ। ਉਹਨਾਂ ਤੋਂ ਬਾਅਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ 'ਤੇ 6ਵੇਂ ਸਥਾਨ 'ਤੇ ਬਾਬਾ ਬੁੱਢਾ ਜੀ ਦੁਆਰਾ ਜੋ ਰਸਮ ਉਹੀ ਕਰਦੇ ਆਏ ਹੈ, ਕਿਉਂਕਿ ਗੁਰੂ ਨਾਨਕ ਸਾਹਿਬ 'ਤੇ ਧੁਰੋਂ ਹੀ ਸਨ ਗੱਜ ਕੇ ਬਲੋਸ, ਅਤੇ ਬਾਕੀ ਗੁਰੂ ਸਾਹਿਬਾਂ ਦੇ ਤਿਲਕ ਦੀ ਰਸਮ ਗੁਰਤਾਗ ਦੀ ਇਹ ਸੇਵਾ ਬਾਬਾ ਬੁੱਢਾ ਸਾਹਿਬ ਨੂੰ ਪ੍ਰਾਪਤ ਹੋਈ ਅਤੇ ਉਹਨਾਂ ਤੋਂ ਬਾਅਦ ਉਹਨਾਂ ਦੀ ਬੰਸ਼ ਨੂੰ, ਇਹ ਸੇਵਾ ਉਹਨਾਂ ਦੀ ਬੰਸ਼ 'ਚ ਰਹੀ ਹੈ। 6 ਗੁਰੂ ਸਾਹਿਬਾਂ ਦੇ ਉਹਨਾਂ ਨੇ ਸਰਗੁਣ ਸਰੂਪ 'ਚ ਦਰਸ਼ਨ ਕੀਤੇ। 5 ਗੁਰੂ ਸਾਹਿਬਾਂ ਨੂੰ ਗੁਰਤਾ ਗੱਦੀ ਦਾ ਤਿਲਕ ਆਪਣੇ ਦਸਤਾਵਰ ਹਸਤ ਕਮਲਾਂ ਦੇ ਨਾਲ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਨੇ ਕੀਤਾ। 5 ਪੈਸੇ ਨਾਲੀਏਰ ਰੱਖ ਕੇ ਪ੍ਰਕਰਮਾ ਕਰਕੇ ਜਿਸ ਤਰ੍ਹਾਂ ਉਹ ਰਸਮ ਪਰੰਪਰਾਗਤ ਚੱਲੀ ਜਾ ਰਹੀ ਸੀ। ਸੋ 6 ਮਹਿਲਾਂ ਤੱਕ ਦਰਸ਼ਨ ਹਾਰੀ, ਭਾਈ ਗੁਰਦਾਸ ਜੀ ਨੇ ਵੀ ਇਹ ਬਚਨ ਲਿਖੇ ਹੈ। ਉਹਨਾਂ ਤੋਂ ਬਾਅਦ ਬਾਬਾ ਭਾਨਾ ਜੀ, ਬਾਬਾ ਗੁਰਦਿੱਤਾ, ਬਾਬਾ ਝੰਡਾ ਜੀ ਅਤੇ ਇਸੇ ਤਰ੍ਹਾਂ ਬਾਬਾ ਰਾਮ ਕਵਰ ਜੀ, ਜਿਨ੍ਹਾਂ ਨੇ 10ਵੇਂ ਗੁਰੂ ਜੀ ਦਾ ਇਹ ਗੁਰਤਾ ਗੱਦੀ ਦਾ ਤਿਲਕ ਕਿ ਹਜ਼ੂਰ ਦੀ ਸਰੀਰ ਕਾਰ ਵਾਲਾ 9 ਸਾਲ, ਭਾਈ ਰਾਮ ਕੌਰ ਬਾਬਾ ਗੁਰਬਖ ਸਿੰਘ ਦੀ ਉਮਰ 3 ਸਾਲ, ਇਹ ਵੀ ਇੱਕ ਅਲੌਕਿਕ ਹੀ ਖੇਲ ਆ। 3 ਸਾਲ ਦਾ ਬਾਲਕ ਬਾਬਾ ਬੁੱਢਾ ਜੀ ਦੇ ਪਰਿਵਾਰ ਦਾ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਤਿਲਕ ਕਰ ਰਿਹਾ 10ਵੇਂ ਗੁਰੂ ਜੀ ਨੂੰ। ਅੱਜ ਕੱਲ੍ਹ ਦੇ 3 ਸਾਲ ਦੇ ਬੱਚੇ ਨੂੰ ਕੋਈ ਹੈ ਸੋ ਜੀ, ਪਰ ਗਿਆਨਵਾਨਾਂ ਦੇ ਗਿਆਨਵਾਨ ਹੀ ਜੰਮਦੇ ਆ। ਬਾਬਾ ਬੁੱਢਾ ਜੀ ਦੀ ਵੰਸ਼ ਆ, ਕੋਈ ਛੋਟੀ ਗੱਲ ਥੋੜ੍ਹੀ ਹੈ। ਸੋ ਇਸ ਕਰਕੇ ਭਾਈ ਫਿਰ ਇਸ ਤੋਂ ਬਾਅਦ 43 ਸਾਲ 15 ਦਿਨ 1 ਮਹੀਨਾ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਸਰੀਰਕ ਆਰਵਲਾ ਸੀ ਅਤੇ 6ਵੇਂ ਸਤਿਗੁਰੂ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਅਤੇ ਧੰਨ ਧੰਨ ਜਗਤ ਮਾਤਾ ਗੰਗਾ ਜੀ ਉਹਨਾਂ ਦੇ ਗ੍ਰਹਿ ਵਿਖੇ ਬਾਬਾ ਬੁੱਢਾ ਸਾਹਿਬ ਜੀ ਦੇ ਵਰਦਾਨ ਦੁਆਰਾ ਹੀ 6ਵੇਂ ਪਾਤਸ਼ਾਹ ਦਾ ਅਵਤਰਨ ਹੋਇਆ ਔਰ ਬਡਾਲੀ ਸਾਹਿਬ ਛਿਹਰਟਾ ਸਾਹਿਬ ਦੇ ਨੇੜੇ। ਉਦੋਂ ਸਮਾਂ ਵੀ ਬੜਾ ਕਠਿਨ ਸੀ, ਕਦੀ ਸੁਲਵੀ ਖਾਂ ਚੜ੍ਹ ਕੇ ਆ ਗਿਆ, ਕਦੀ ਸੁਲਹੀ ਖਾਂ ਆ ਗਿਆ, ਅਤੇ ਉਦੋਂ ਮਹਾਰਾਜ ਬਡਾਲੀ ਸਾਹਿਬ ਤਕਰੀਬਨ 3.5 ਸਾਲ ਵਿਰਾਜਮਾਨ ਹੋਏ ਸੀ। ਸੋ ਅਤੇ ਮਹਾਰਾਜ ਜੀ ਦਾ ਜਨਮ
21 ਅਤੇ ਬਦੀ 6 ਅਤੇ ਸੰਮਤ 1652 14 ਜੂਨ ਅਤੇ ਦੇਸੀ ਸੰਮਤ ਜਿਹੜਾ ਹੈਗਾ 1595 ਨੂੰ ਅਵਤਾਰ ਹੋਇਆ ਔਰ 29 ਜੇਠ ਬਦੀ 14 ਸੰਮਤ 1663 25 ਮਈ ਸੰਨ 1606 ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ 'ਤੇ 6ਵੇਂ ਸਰੂਪ ਬਿਰਾਜਮਾਨ ਹੋਏ ਔਰ ਬਾਬਾ ਬੁੱਢਾ ਸਾਹਿਬ ਦੁਆਰਾ ਉਹਨਾਂ ਦੀ ਗੁਰਤਾ ਗੱਦੀ ਦੀ ਰਸਮ ਜਿਹੜੀ ਸੀ ਉਹ ਸਾਧ ਸੰਗਤ ਜੀ ਹੋਈ ਔਰ ਗੱਦੀ 'ਤੇ ਬਿਰਾਜਮਾਨ ਹੁੰਦਿਆਂ ਪਹਿਲਾਂ ਸੇਲੀ ਟੋਪੀ ਚੱਲਦੀ ਸੀ ਅਤੇ ਜਦੋਂ ਬਾਬਾ ਬੁੱਢਾ ਜੀ ਲਿਆਏ ਕਹਿਣ ਲੱਗੇ ਹੁਣ ਇਹਨੂੰ ਤੋਸ਼ੇ ਖਾਨੇ 'ਚ ਰੱਖ ਦਿਓ ਗੱਜ ਕੇ ਬੋਲੋ ਦੋ ਸ੍ਰੀ ਸਾਹਿਬਾਂ ਲਿਆਓ ਉਹ ਫਿਰ ਸਤਿਗੁਰੂ ਜੀ ਨੇ ਦੋ ਸ੍ਰੀ ਸਾਹਿਬਾਂ ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ ਪਹਿਨਣੀਆਂ ਕੀਤੀਆਂ ਅਵਤਾਰ ਪੁਰਬ ਗੁਰਤਾ ਗੱਦੀ ਪੁਰਬ ਜੋਤੀ ਜੋਤ ਸਮਾਉਣ ਦੇ ਪੁਰਬ ਇਹ ਸਾਰੇ ਗੁਰੂ ਸਾਹਿਬਾਂ ਦੇ ਆ ਪਰ 6ਵੇਂ ਪਾਤਸ਼ਾਹ ਦਾ ਇੱਕ ਨਵਾਂ ਦਿਨ ਆ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਣ ਦਾ ਗੱਜ ਕੇ ਬੋਲੋ ਫਿਰ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਅਤੇ ਹੁਕਮਨਾਮੇ ਜਾਰੀ ਕੀਤੇ ਸ਼ਸਤਰ ਅਤੇ ਘੋੜੇ ਲੈ ਕੇ ਦੀਦਾਰ ਆਵਣ ਅਤੇ ਫਿਰ ਫੌਜ ਭਰਤੀ ਕਰਨੀ ਸ਼ੁਰੂ ਕੀਤੀ ਅਤੇ ਉਹਨਾਂ ਨੂੰ ਸ਼ਸਤਰ ਅਸਤਰ ਵਿੱਦਿਆ ਘੋੜ ਸਵਾਰੀ ਇਹ ਸਾਰੀ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਇਹ ਚੀਜ਼ਾਂ ਨੂੰ ਦੇਖ ਕੇ ਜਿਹੜੇ ਗੁਰੂ ਘਰ ਦੇ ਦੁਖੀ ਸੀ ਉਹਨਾਂ ਨੂੰ ਬੜੇ ਤੌਖਲੇ ਉਤਪੰਨ ਹੋਣੇ ਸਾਧ ਸੰਗਤ ਜੀ ਸ਼ੁਰੂ ਹੋ ਗਏ ਕਿਉਂਕਿ ਜਦੋਂ ਬੰਦਾ ਪਾਪ ਕਰਦਾ ਉਹਦੀ ਆਤਮਾ ਕੰਬਦੀ ਜ਼ਰੂਰ ਹੈ ਕਈ ਪਾਪਾਂ ਨੂੰ ਦਬਾਉਣ ਵਾਸਤੇ ਨਸ਼ੇ ਜਾਂ ਕਈ ਹੋਰ ਬੁਰਾਈਆਂ ਵੀ ਕਰਦੇ ਗਾਂਹ 'ਤੇ ਗਾਂਹ ਤੁਰੇ ਜਾਂਦੇ ਆ ਸੋ ਇੱਧਰ ਜੋ ਚੰਦੂ ਜਿਹਦੇ ਦੁਆਰਾ ਇਹ ਸਾਰੀ ਕੁਟਲ ਨੀਤੀ ਰਚੀ ਜਾਂਦੀ ਸੀ ਉਸ ਨੇ ਸਤਿਗੁਰੂ ਜੀ ਦਾ ਤੇਜ ਵਧਦਿਆਂ ਦੇਖ ਕੇ ਸੋਚਣਾ ਸ਼ੁਰੂ ਕੀਤਾ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਅਤੇ ਮੈਂ ਬਾਦਸ਼ਾਹ ਨੂੰ ਭੜਕਾ ਕਰਕੇ ਕੁਝ ਹੋਰ ਵਿਰੋਧੀਆਂ ਦੇ ਸਹਾਰੇ ਦੁਆਰਾ ਅਤੇ ਸ਼ਹੀਦ ਕਰਵਾ ਦਿੱਤਾ ਅਤੇ ਉਹਨਾਂ ਦੇ ਸਪੁੱਤਰ ਨੇ ਹੁਣ ਇਹ ਸਾਰੀ ਜਿਹੜੀ ਰੀਤੀ ਹੈ ਉਹ ਨਵੇਂ ਢੰਗ 'ਚ ਬਦਲਣੀ ਸ਼ੁਰੂ ਕਰ ਦਿੱਤੀ ਹੈ ਜੋ ਇਸੇ ਤਰ੍ਹਾਂ ਜ਼ੋਰ ਫੜ ਗਿਆ ਅਤੇ ਕਿਸੇ ਵੇਲੇ ਮੇਰੇ ਵਾਸਤੇ ਵੀ ਮੁਸੀਬਤ ਖੜ੍ਹੀ ਹੋ ਸਕਦੀ ਹੈ ਉਸ ਨੇ ਫਿਰ ਖੜ ਯੰਤਰ ਰਚਣੇ ਸ਼ੁਰੂ ਕੀਤੇ ਉਸ ਨੇ ਇੱਕ ਜੋਤਿਸ਼ੀ ਨੂੰ ਕੁਝ ਮਾਇਆ ਦੇ ਕੇ ਭਰਮਾਇਆ ਕਿ ਜਦੋਂ ਤੂੰ ਬਾਦਸ਼ਾਹ ਦਾ ਕੋਈ ਟੇਵਾ ਜਨਮ ਪੱਤਰੀ ਦੇਖੇ ਤਾਂ ਇਹ ਗੱਲ ਕਹਿਣੀ ਹੈ ਕਿ ਤੁਹਾਡੇ 'ਤੇ ਹੁਣ 60-37 ਅਤੇ 25 ਚੱਲ ਰਿਹਾ ਗੱਜ ਕੇ ਬੋਲੋ ਅਤੇ ਅੱਜ ਵੀ ਪੰਡਿਤ ਜੀ ਨੂੰ ਦੱਸ ਦੇਣ ਅਤੇ ਫਿਰ ਮਾਈਆਂ ਅਤੇ ਭਾਈ ਪੰਡਿਤ ਜੀ ਹੁਣ ਮੇਰੇ ਘਰ ਵਾਲੇ ਦੀ 60-37 ਟਲ ਜਾਏ ਕੋਈ ਤੁਲਾ ਦਾਨ ਕੋਈ ਤਰ੍ਹਾਂ ਦੇ ਦਾਨ ਚੱਲਦੇ ਆ ਕਿਉਂਕਿ ਇਹਨਾਂ ਦਾ ਵੀ ਫਾਰਮੂਲਾ ਹੁੰਦਾ ਰਾਹੂ ਕੇਤੂ ਬੈਲ ਹਮਾਰੇ 60-37 ਹੈ ਖੇਤੀ ਪੱਤਰੀ ਹਮਾਰੀ ਵੱਡੀ ਸ਼ਿਕਾਰਨ ਮਾਰ ਲਿਆਵੇ ਛੇਤੀ ਰਾਹੂ ਅਤੇ ਕੇਤੂ ਇਹ ਕਹਿੰਦੇ ਸਾਡੇ ਬੈਲ ਆ ਅਤੇ ਜੇ 60-37 ਦੱਸ ਦੇਣ ਤਾਂ ਸਾਡੀ ਖੇਤੀ ਹੈ ਬੋਲ ਲਗਾ ਲਗਾਇਆ ਵੀ ਮਿਲ ਜਾਂਦਾ ਕੋਈ ਮਿਹਨਤ ਕਰਨ ਦੀ ਲੋੜ ਹੀ ਨਹੀਂ ਪੱਤਰੀ ਹਮਾਰੀ ਵੱਡੀ ਸ਼ਿਕਾਰਨ ਪੱਤਰੀ 'ਤੇ ਜੇ ਉਂਗਲ ਰਖਾ ਲਈ ਇਹ ਬਹੁਤ ਵੱਡੀ ਸ਼ਿਕਾਰਨ ਹੈ ਮਾਰ ਲਿਆਵੇ ਛੇਤੀ ਫਿਰ ਸ਼ਿਕਾਰ ਨੂੰ ਛੇਤੀ ਮਾਰ ਕੇ ਲਿਆਉਂਦੇ ਇਸ ਢੰਗ ਨਾਲ ਇਹ ਭਾਈ ਕੰਮ ਕਰਦੇ ਹੈ ਅਤੇ ਅੱਜ ਕੱਲ੍ਹ ਸਾਡੇ ਵੀ ਬਹੁਤ ਬੰਦੇ ਇਸ ਪਾਸੇ ਤੁਰ ਪਏ ਹੈ
ਤੇ ਗੁਰੂ ਮਹਾਰਾਜ ਦੇ ਉੱਤੇ, ਪਰਾਰਬ ਦੇ ਉੱਤੇ, ਗੁਰਬਾਣੀ ਤੇ ਭਰੋਸਾ ਨਹੀਂ ਹੈ। ਸ਼ਾਇਦ ਇਸੇ ਤਰ੍ਹਾਂ ਹੀ ਟਾਲਾ ਹੋ ਜਾਏ। ਸੋ ਸਾਧ ਸੰਗਤ ਜੀ, ਉਹ ਫਿਰ ਜੋਤਿਸ਼ੀ ਨੂੰ ਕਿਹਾ, ਤੂੰ ਇਹ ਜਹਾਂਗੀਰ ਨੂੰ ਵਹਿਮ ਪਾ ਦੇਣਾ। ਅਤੇ ਜੋਤਿਸ਼ੀ ਨੂੰ ਹੁਣ ਮਾਇਆ ਮਿਲ ਗਈ ਸੀ, ਚਾਂਦੀ ਦੀ ਜੁੱਤੀ ਵੱਜੈ, ਕਈ ਤਰ੍ਹਾਂ ਦੇ ਜਾਇਜ਼ ਨਜਾਇਜ਼ ਕੰਮ ਪਿੱਛੇ ਹੁਣ ਵੀ ਚੱਲੀ ਜਾਂਦੇ ਆ, ਚੱਲਦੇ ਵੀ ਸ਼ਾਇਦ ਰਹਿਣ। ਸੋ ਸਾਧ ਸੰਗਤ ਜੀ, ਅਤੇ ਜਹਾਂਗੀਰ ਨੂੰ ਪੂਰਾ ਡਰਾ ਦਿੱਤਾ, ਕਿਉਂਕਿ ਪੂਰਾ ਨਸ਼ਈ ਆਦਮੀ ਸੀ, ਅਤੇ ਨਸ਼ਈ ਆਦਮੀ ਦੀ ਸੋਚ ਜਿਹੜੀ ਹੁੰਦੀ ਆ ਬਹੁਤੀ ਰਹਿੰਦੀ ਨਹੀਂ, ਉਹਦੇ ਦਿਮਾਗ 'ਚ ਫਿਰ ਜੇ ਇਹੋ ਜਿਹੀ ਭਰ ਦਈਏ ਫਿਰ ਉਹੀ ਚੱਕਰ ਉਹ ਕੱਟੀ ਜਾਂਦਾ ਕਿ ਤੁਹਾਡੇ 'ਤੇ ਸਾੜ ਸਤੀ ਆ, ਗ੍ਰਹਿ ਦਸ਼ਾ ਬਹੁਤ ਮਾੜੀ ਹੈ। ਉਹ ਪੁੱਛੂਗਾ ਕਿ ਟਲੂਗੀ ਕਿਵੇਂ, ਕਹਿੰਦੇ ਵੀ ਤੁਸੀਂ ਇਹ ਕਹਿਣਾ ਕਿ ਗੁਰੂ ਅਰਜਨ ਸਾਹਿਬ ਪਹਿਲਾਂ ਤਾਂ ਇਸਲਾਮ ਔਰ ਹਕੂਮਤ ਤੋਂ ਬਾਗੀਆਨਾ ਢੰਗ ਨਾਲ ਚੱਲਦੇ ਸੀ, ਹੁਣ ਉਹਨਾਂ ਨੂੰ ਕੁਝ ਸ਼ਰਤਾਂ ਦੇ ਅਧੀਨ ਰੱਖ ਕੇ ਸ਼ਹੀਦ ਕੀਤਾ ਗਿਆ, ਕਿਉਂਕਿ ਸਾਰਾ ਗਲਤ ਹੀ ਪ੍ਰਾਪੇਗੰਡਾ ਕਰਨਾ ਸੀ। ਸੋ ਮਹਾਰਾਜ ਤਾਂ ਧਰਮ ਦੀ ਧਵਜਾ ਸਨ, ਸ਼ਹੀਦਾਂ ਦੇ ਸਰਤਾਜ, ਦੁਨੀਆਂ ਨੂੰ ਕੁਰਬਾਨੀ ਦਾ ਇੱਕ ਮਾਰਗ ਦੱਸ ਕੇ ਗਏ। ਸੋ ਤੈਸਾ ਸਵਰਨ ਤੈਸੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ ਵਾਲੀ ਗੱਲ ਹੈ। ਤੈਸਾ ਸਵਰਨ ਉਸ ਤਰ੍ਹਾਂ ਤੈਸੀ ਤਿਸ ਮਾਟੀ। ਸੋ ਇਸ ਤਰ੍ਹਾਂ ਇਹ ਪੌੜੀ ਸਾਰੀ ਵਾਚ ਲਿਓ ਸੁਖਮਣੀ ਦੀ, ਜਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹੋ ਅਰ ਪੈ ਨਹੀਂ, ਜਾਂ ਕਹਿ ਕੰਚਨ ਮਾਟੀ ਮੰਨ। ਇਹ ਅਵਸਥਾ ਵਿੱਚ ਸਾਰੇ ਗਿਆਨਵਾਨ ਦੇ ਲੱਛਣ ਵਰਣਨ ਕੀਤੇ ਹੈ। ਸੋ ਵੀ ਹੁਣ ਉਹਨਾਂ ਦੇ ਜਿਹੜੇ ਪੁੱਤਰ ਆ, ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਨੇ ਹੁਣ ਸੰਤ ਬਿਰਤੀ ਧਾਰ ਲਈ ਹੈ। ਉਹ ਹਕੂਮਤ ਨਾਲ ਕੋਈ ਵਖੇੜਾ ਨਹੀਂ ਚਾਹੁੰਦੇ, ਅਤੇ ਜੇ ਤੁਹਾਡੇ ਨਿਮਿੱਤ ਉਹ ਗਵਾਲੀਅਰ ਦੇ ਕਿਲੇ ਭੋਰੇ ਵਿੱਚ ਬਹਿ ਕੇ ਕੁਝ ਦਿਨ ਜਾਪ ਕਰਨ ਤਾਂ ਤੁਹਾਡੀ ਸਾੜ ਸਤੀ ਟਲ ਸਕਦੀ ਹੈ। ਇਹ ਚੰਦੂ ਨੇ ਖੜ ਜੰਤਰ ਉਹ ਨਜੂਮੀ ਜੋਤਿਸ਼ੀ ਦੁਆਰਾ ਸਾਧ ਸੰਗਤ ਜੀ ਰਚਿਆ, ਅਤੇ ਭਾਵ ਇਹ ਸੀ ਕਿ ਫਿਰ ਮੇਰੇ ਬੱਸ ਵਿੱਚ ਆ ਜਾਣਗੇ, ਅਤੇ ਜਿਵੇਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾਇਆ ਇਸੇ ਤਰ੍ਹਾਂ ਇਹਨਾਂ ਨੂੰ ਕਰਾ ਦਿਆਂਗੇ, ਮੇਰਾ ਰਸਤਾ ਪੱਧਰਾ ਹੋ ਜੂਗਾ। ਪਰ ਇਹ ਨਹੀਂ ਪਤਾ ਜਲ ਕਹਾਂ ਥਲ ਕਹਾਂ ਗਗਨ ਕੇ ਗੌਨ ਕਹਾਂ, ਕਾਲ ਕੇ ਬਣਾਏ ਸਭੇ ਕਾਲ ਹੀ ਚਵਾਏਂਗੇ, ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਉਹ ਪਾਪ ਫਿਰ ਇੱਕ ਦਿਨ ਭਾਈ ਭਾਂਡਾ ਜਿਲੇ ਭਰਦਾ ਫਿਰ ਡੁੱਬਣਾ ਹੀ ਹੈ। ਪਰ ਜਦੋਂ ਇਹ ਜਿਹੜੇ ਮਨਮੁੱਖ ਸਾਕਤ ਲੋਕ ਆ ਇਹ ਸਮਝਦੇ ਨੇ, ਸੋ ਇਹ ਸਾਰੀ ਗੋਂਦ ਗੁੰਦ ਲਈ ਅਤੇ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕੀਤੇ, ਅਤੇ ਜਿਹੜੇ ਨੇੜੇ ਦੇ ਅਹਿਲਕਾਰ ਉਹਨਾਂ ਦੁਆਰਾ ਵੀ, ਅਤੇ ਆਪ ਵੀ ਚੰਦੂ ਨੇ, ਅਤੇ ਛੇਵੇਂ ਪਾਤਸ਼ਾਹ ਬਾਰੇ ਉਹ ਤੁਹਾਡੇ ਨਿਮਿੱਤ ਜਾਪ ਕਰਨ। ਹੁਣ ਚੰਦੂ ਨੂੰ ਇਹ ਨਹੀਂ ਪਤਾ ਵੀ ਸਾਠ ਸਤੀ ਜਹਾਂਗੀਰ ਦੀ ਹਟਾਉਂਦਿਆਂ ਮੇਰੇ ਗਲੇ ਹੀ ਪੈ ਜਾਣੀ ਹੈ, ਗੱਜ ਕੇ ਬੋਲੋ ਸਾਠ ਸਤੀ ਮੇਰੇ ਵੱਲ ਨੂੰ ਨਾ ਤੁਰ ਪਵੇ। ਸੋ ਸਾਧ ਸੰਗਤ ਜੀ, ਇੱਧਰ ਛੇਵੇਂ ਪਾਤਸ਼ਾਹ ਨੂੰ ਫਿਰ ਜਹਾਂਗੀਰ ਦੇ ਨਵਿਆਂ ਦੇ ਬੇਨਤੀ ਪੱਤਰ ਲੈ ਕੇ ਆ ਗਏ। ਮਹਾਰਾਜ ਤਾਂ ਸਮਰੱਥ ਔਰ ਸਰਬੱਗ ਸਰਬ ਸ਼ਕਤੀਮਾਨ ਕਿ ਧੰਨ ਗੁਰੂ ਅਰਜਨ ਸਾਹਿਬ ਨੂੰ ਕੌਣ ਸ਼ਹੀਦ ਕਰ ਸਕਦਾ, ਉਹ ਤਾਂ ਹਰਨ ਭਰਨ ਜਾ ਕੇ ਨੇਤਰ ਫੋ ਰਿਹਾ। ਇਹ ਤਾਂ ਸਤਿਗੁਰੂ ਜੀ ਨੇ ਇੱਕ ਕੁਰਬਾਨੀ ਦਾ ਰਸਤਾ ਪ੍ਰਗਟ ਕਰਨਾ ਸੀ। ਗੁਰੂ ਨਾਨਕ ਸਾਹਿਬ ਆਪਣੀ ਇੱਛਾ 'ਚ ਆਪ ਹੀ ਵਿਚਰਦੇ ਰਹੇ ਹੈ, ਬੜੇ ਬੜੇ ਰਾਜਿਆਂ ਜ਼ਾਲਮਾਂ ਨਾਲ ਵੀ ਮੱਥੇ ਲੱਗੇ, ਅਤੇ ਗੱਦੀ 'ਤੇ ਉਹ ਹੀ ਹੈ,
और ये महाराज दी अपनी लीला है। सो साध संगत जी ते छेवें पातशाह जी ने उन्हां दा बेनती पत्र जो आया सी बादशाह वालों पढ़िया विचारिया ते आग्या दे दित्ती। मातावां भी चिंतित होईयां ते संगत भी गुरसिख भी कि चंदू दवैश हाले भी छड़दा नहीं। हजूर कहन लगे तुसीं कोई फिक्र ना करो, हुण महाराज चढ़दी कला ही करेगा, ये कंडा सदा वास्ते कढ़िया जाऊगा। माता वो आग्या मंगी और आग्या तो फिर देनी पैनी सी धन धन माता गंगा जी नू। ते बाबा बुढ़ा जी भी ब्रह्म ज्ञानी सन, उन्हें पता ही सी कि सतगुरु ने जो मेरी पीरी दियाँ धारियाँ ये कोई कौतक ही है। ते महाराज फिर शस्त्र धारी सिंघां दे समेत घोड़ सवार हो के ते संगतां नू दर्शन दिंदे तार दे मंजलो मजली ग्वालियर पहुँच गए। ते उत्थे इन्हां ने जो स्कीम बनाई सी ओह ही ढंग किया। उत्थे तहखाने बने हुए सी, बहाना तो यही बनाया जापदा कि 40 दिन चलीसा कढ़िया जाए। तो हजूर जाने जान सन ते जड़े सेवादार सी भाई जेठा प्राणा पैड़ा ते लंगा ते विधि चंद आदिक उन्हां दी जो जो सेवा महाराज ने लाई बाहर किले तो वो निभाते रहे। ते सतगुर सच्चे पातशाह फिर तहखानियां दे विच इस तरह ये विधि जिवें बनाई होया। इत्थे 52 राजपूत जड़े राजे हुकूमत तो बागी सन अपनी फुट द्वारा कले कले काबू आ गए, वो नज़रबंद किए हुए सन। उन्हां दे पैरां च बेड़ियां हथ कड़ियां ते गलां विच लोहे दे संगलां दे तौक पाए हुए सन। जो महाराज दर्शन किया उन्हां नूं शांति आई। दर्शन देख थी सुध की ना सुध रही, बुध की ना बुध, मत मैं ना मत है। गुरु महाराज दे जाण नाल फेक लंगर पानी जल पानी उन्हां नूं कोई सुख साधन भी बने। ते 40 दिन गुजर गए ते समा वधदा गया पर कोई गल ही ना इस पासे। अखीर माता जी दे नाल सारे सिखां ने संगतां ने विचार वटांदरा कीता कि इह तां कोई चंदू दी चाल नज़र आउंदी है। तो बाबा बुढ़ा जी ने उदों फिर चौंकी आरंभ की, वो हाले तक जारी है। मसाल जगा लेंदे कीर्तन करते पैदल चलते हैं। वो चौंकी सी कि जहांगीर दे राज विच दिनां दी भी हनेर पिया होया गज के बलोस, वो चौंकी हाले भी चलती है। वो परंपरा जड़ी है हाले उस तरह ही चल रही है। ये बाबा बुढ़ा जी ने जानी ये कृपा की। सो भाई जेठा पुराना होर संगत ने किले के बाहर मत्थे टेक के मुड़ जाना, अंदर जाने की तां इजाजत न। अखीरी फिर माता जी दे नाल सारी विचार हुई कि माता जी जे हुण असीं कोई रूहानियत आला पक्ष वरतदे हाँ तो धन गुरु अर्जन साहब वेले भी ऐसा यतन करन दी कोशिश कीती सी ते हजूर ने कहा सी ताकत कितों लई है। कहिंदे आप जी दे चरणा चों सेवा करके कहिंदे जिथों ताकत मिली उन्हां विच है नहीं भाणे विच रहो। ते जे हुण भी कोई ऐसा समा होया ते महाराज फिर ना रोकण। माता जी कहन लगे कि मेरी वलों तुहानू इजाजत है गज के बलोस, ते असीं जिम्मेवार हैं। ये सारी विचारधारा बाबा बुढ़ा साहब ने कृपा की। फिर भाई जेठा पुराणा जी क्योंकि जड़े सरबगते समर्थ लोग आ
ਉਹ ਜੋ ਚਾਹੁਣ ਕਰ ਸਕਦੇ ਆ। ਉਹਨੇ ਫਿਰ ਸ਼ੇਰਾਂ ਦੇ ਰੂਪ ਧਾਰ ਕੇ ਜਹਾਂਗੀਰ ਨੂੰ ਡਰਾਉਣਾ, ਅਤੇ ਫਿਰ ਉਹਨੇ ਛੇਵੇਂ ਪਾਤਸ਼ਾਹ ਨੂੰ ਚੇਤੇ ਕਰਨਾ, ਮਹਾਰਾਜ ਸਾਢ ਸਤੀ ਆ ਗਈ, ਤੁਸੀਂ ਮੇਰੇ ਲਈ ਜਾਪ 'ਚ ਬੈਠੇ ਹੋ, ਅਤੇ ਮਹਾਰਾਜ ਦਾ ਦਰਸ਼ਨ ਹੋਣਾ ਅਤੇ ਉਹ ਰੁਮਾਲ ਮਾਰਨਾ ਅਤੇ ਉਹਨੇ ਗੁਪਤ ਹੋ ਜਾਣਾ। ਇੱਕ ਦਿਨ ਤਾਂ ਫਿਰ ਛਾਤੀ 'ਤੇ ਚੜ੍ਹ ਕੇ ਬੜਾ ਡਰਾਇਆ ਕਿ ਤੂੰ ਚੰਦੂ ਦੇ ਮਗਰ ਲੱਗ ਕੇ ਅੱਗੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਕਾਰਾ ਕੀਤਾ, ਹੁਣ ਉਹ ਕਪਟੀ ਫਿਰ ਇਸ ਤਰ੍ਹਾਂ ਦੇ ਕਪਟ ਕਰ ਰਿਹਾ ਕਿ ਤੇਰੇ 'ਤੇ ਕੋਈ ਸਾਢ ਸਤੀ ਨਹੀਂ, ਸਾਢ ਸਤੀ ਹੁਣ ਉਹਦੇ 'ਤੇ ਆਉਣੀ ਆ। ਬਹੁਤ ਜ਼ਿਆਦਾ ਡਰ ਗਿਆ ਅਤੇ ਅਖੀਰੀ ਫਿਰ ਕਿਹਾ ਵੀ ਜਦ ਤੱਕ ਮਹਾਰਾਜ ਨੂੰ ਛੱਡਦਾ ਨਹੀਂ ਉਦੋਂ ਤੱਕ ਤੈਨੂੰ ਹੁਣ ਛੱਡਣਾ ਨਹੀਂ, ਮਾਰ ਹੀ ਦੇਣਾ। ਫਿਰ ਮਹਾਰਾਜ ਨੂੰ ਬੇਨਤੀ ਪੱਤਰ ਭੇਜਿਆ ਅਤੇ ਗੁਰੂ ਮਹਾਰਾਜ ਕਹਿੰਦੇ ਭਾਈ ਅਸੀਂ ਇਕੱਲੇ ਨਹੀਂ ਜਾ ਸਕਦੇ, ਕੁਝ ਵਿਚਾਰ ਹੋਵੇਗੀ ਅਤੇ ਉਹਦੇ ਨਾਲ ਹੀ ਹੋਏਗਾ। ਇਹ ਜਿਹੜੇ 52 ਰਾਜੇ ਆ ਇਹ ਹੁਣ ਸਾਡੀ ਸ਼ਰਨ 'ਚ ਆ ਗਏ। ਉਹਨਾਂ ਨੂੰ ਵੀ ਪਤਾ ਲੱਗਾ, ਬੜੇ ਅਰਦਾਸ ਹੋਏ ਵੀ ਮਹਾਰਾਜ ਚਲ ਗਏ, ਸਾਨੂੰ ਕੱਢਣਾ ਕਿਹਨੇ ਆ, ਵੀ ਮਹਾਰਾਜ ਹੁਣ ਸਾਡੇ 'ਤੇ ਵੀ ਬਖਸ਼ਿਸ਼ ਕਰ ਦਿਓ, ਕਿਰਪਾ ਕਰ ਦਿਓ, ਨਹੀਂ ਤਾਂ ਅਸੀਂ ਇੱਥੇ ਹੀ ਮਰ ਖੱਪ ਜਾਣਾ। ਅਤੇ ਸਾਧ ਸੰਗਤ ਜੀ ਅਤੇ ਹਜ਼ੂਰ ਨੇ ਫਿਰ ਕੁਝ ਬਚਨ ਰੱਖੇ, ਇੱਕ ਤਾਂ ਜਿਹੜਾ ਚੰਦੂ ਇਹ ਸਾਰੀਆਂ ਤੈਨੂੰ ਪੜ੍ਹਾਈਆਂ ਕਰਾਉਂਦਾ ਇਹ ਗ੍ਰਿਫਤਾਰ ਕਰਾਉਣਾ ਪਏਗਾ, ਅਤੇ ਦੂਜਾ ਪੰਜਵੇਂ ਪਾਤਸ਼ਾਹ ਦੀ ਮਾਲਾ ਇਹਦੇ ਕੋਲ ਆ, ਅਤੇ ਤੀਸਰਾ ਜਿਹੜੇ 52 ਰਾਜੇ ਹੈ ਅਸੀਂ ਇਹਨਾਂ ਨੂੰ ਨਾਲ ਲੈ ਕੇ ਜਾਵਾਂਗੇ। ਅਤੇ ਜਹਾਂਗੀਰ ਨੂੰ ਫਿਰ ਇਹ ਸ਼ਰਤਾਂ ਮੰਨਣੀਆਂ ਪਈਆਂ, ਕਿਉਂਕਿ ਮੀਆਂ ਮੀਰ ਜੀ ਵੀ ਉੱਥੇ ਗਏ ਹੈ, ਉਦੋਂ ਬਹੁਤ ਬਿਰਧ ਸੀ, ਉਹਨੇ ਵੀ ਜਾ ਕੇ ਜਹਾਂਗੀਰ ਨੂੰ ਝਾੜ ਪਾਈ ਕਿ ਤੂੰ ਇਹਨਾਂ ਦੁਸ਼ਟ ਬੰਦਿਆਂ ਦੇ ਕਹੇ ਲੱਗ ਕੇ ਕਰਮ ਕਰਦਾ, ਇਹ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਹੈ, ਤੁਹਾਡੀ ਦੁਨੀਆ ਤੋਂ ਬੰਸ ਨਾਸ ਹੋ ਜਾਏਗੀ, ਸ਼ਰਨ ਗ੍ਰਹਿਣ ਕਰ। ਅਤੇ ਵਜ਼ੀਰ ਖਾਂ ਜਿਹੜਾ ਸੀ ਇਹ ਵੀ ਬੜਾ ਸ਼ਰਧਾਲੂ ਸੀਗਾ ਅਤੇ ਚੰਦੂ ਪੇਸ਼ ਨਾ ਜਾਣ ਦਿੰਦਾ, ਪਰ ਜੋ ਵਿਧੀ ਪਰਮੇਸ਼ੁਰ ਦੁਆਰਾ ਬਣ ਗਈ ਅਤੇ ਉਹਨੂੰ ਸ਼ਰਤਾਂ ਮੰਨਣੀਆਂ ਪਈਆਂ। ਇੱਥੋਂ ਤਾਂ ਉਖਲਾ ਖਾਂਦਾ ਸੀ ਕਿ ਆਪਣੇ 52 ਰਾਜੇ ਛੱਡੇ ਅਤੇ ਬਗਾਵਤ ਸ਼ੁਰੂ ਹੋ ਗਈ, ਅਤੇ ਫਿਰ ਤਾਂ ਬੜਾ ਔਖਾ ਹੈ, ਤਾਂ ਮਸੀਂ ਕਾਬੂ ਆਏ ਉਹ ਵੀ ਆਪਣੀ ਫੁੱਟ ਨਾ। ਉਹਨੂੰ ਫਿਰ ਸਕੀਮ ਕੱਢੀ ਕਿ ਜਿੰਨੇ ਤੁਹਾਡੇ ਚੋਲੇ ਦੀਆਂ ਕਲੀਆਂ ਫੜ ਕੇ ਬਾਹਰ ਨਿਕਲ ਜਾਣ ਉਹ ਲੈ ਜਾਓ। ਆਪਣੇ ਵੱਲੋਂ ਤਾਂ ਹੁਣ ਬੜੀ ਸਿਆਸਤ ਖੇਲੀ ਨਾ ਕਿ ਚੋਲੇ ਦੀਆਂ 2 ਜਾਂ 4 ਕਲੀਆਂ ਆਉਣਗੀਆਂ, ਅਤੇ ਮਹਾਰਾਜ ਸਮਰੱਥ ਸੀਗੇ, ਉਹ 52 ਰਾਜੇ ਸੀ, ਉਹਨੇ 52 ਕਲੀਆਂ ਵਾਲਾ ਹੀ ਚੋਲਾ ਬਣਾ ਲਿਆ। ਉਹ ਚੋਲਾ ਅੱਜ ਮੌਜੂਦ ਆ ਲੁਧਿਆਣੇ 'ਚ ਪਿੰਡ ਆ ਕਢਾਣੇ, ਉੱਥੇ ਆ ਛੇਵੇਂ ਪਾਤਸ਼ਾਹ ਦੇ ਸਥਾਨ 'ਤੇ, ਚਰਨ ਦਾ ਜੋੜਾ ਅਤੇ ਹਜ਼ੂਰ ਦੇ ਨਿਤਨੇਮ ਕਰਨ ਦੀ 5 ਗ੍ਰੰਥੀ। ਸੋ ਉਹ ਫਿਰ ਜਿਹੜੇ ਰਾਜੇ ਸੀ ਅਤੇ ਸਾਧ ਸੰਗਤ ਜੀ ਆਪਣੇ 50 ਰਾਜੇ ਅਤੇ ਕਲੀਆਂ ਆ ਗਈਆਂ ਅਤੇ 2 ਉਹ ਫਿਰ ਕਹਿਣ ਲੱਗਿਆ ਤਣੀਆਂ ਜਿਹੜੀਆਂ ਚੋਲੇ ਦੀਆਂ ਇਹ ਫੜ ਲਓ, ਅਤੇ 52 ਦੇ 52 ਹੀ ਰਾਜੇ ਹਜ਼ੂਰ ਫਿਰ ਉਸ ਕਿਲੇ ਦੇ ਮੇਨ ਦੁਆਰ ਤੋਂ ਬਾਹਰ ਲੈ ਕੇ ਆਇਆ। ਕਈ ਜਗ੍ਹਾ ਉਹ ਫੋਟੋ ਵੀ ਆਪ ਜੀ ਨੇ ਦੇਖੀ ਹੋਏਗੀ। ਗੱਜ ਕੇ ਬੋਲੋ ਅਤੇ ਮੋਹਰੇ ਸੰਗਤ ਸਵਾਗਤ ਵਾਸਤੇ ਆਈ ਅਤੇ ਜਹਾਂਗੀਰ ਖੁਦ ਵੀ ਆਇਆ ਅਤੇ ਬੇਨਤੀ ਕਰਕੇ ਆਪਣੇ ਸਿੰਘਾਸਣ 'ਤੇ ਵੀ ਲਗਿਆ। ਫਿਰ ਚੰਦੂ ਨੂੰ ਕਿਹਾ, ਉਹ ਸਾਰੀ ਜ਼ਿਲ੍ਹੇ ਸਿਲੇ ਦੱਸੀ ਵੀ ਮੈਨੂੰ ਇਹਨੂੰ ਬਹਿਕਾ ਕੇ ਆਹ ਕੁਛ ਕਰਾਇਆ, ਮਾਲਾ ਫਿਰ ਬਹਾਨੇ ਬਣਾਈ ਜਾਏ ਉਹ ਆਹ ਹੈ, ਅਖੀਰ ਫਿਰ ਮਾਲਾ ਵੀ ਕਢਾਈ ਵੀ ਦੋਸ਼ੀ ਸਿੱਧ ਹੋਵੇ। ਇਹ ਕਹਿੰਦਾ ਸੀ ਨਾ ਮੈਂ ਨਹੀਂ ਕੀਤਾ, ਤੇਰੇ ਕਾਰਕੁਨਾਂ ਨੇ। ਮਹਾਰਾਜ ਫਿਰ ਦੱਸਿਆ ਵੀ ਮਾਲਾ ਫਲਾਣੇ ਥਾਂ ਲੁਕੋਈ ਬੈਠਾ, ਅਤੇ ਫਿਰ ਇਹਨੂੰ
ਗ੍ਰਿਫਤਾਰ ਕੀਤਾ ਅਤੇ ਰਾਜਿਆਂ ਨੂੰ ਹਦਾਇਤ ਕੀਤੀ ਵੀ ਤੁਸੀਂ ਆਪੋ ਆਪਣੇ ਰਾਜ 'ਚ ਜਾਓ ਅਤੇ ਕਿਸੇ ਤਰ੍ਹਾਂ ਕੋਈ ਐਸਾ ਕਰਮ ਨਹੀਂ ਕਰਨਾ। ਅਤੇ ਜਦੋਂ ਬੰਦੀ ਛੋੜ ਦਿਵਸ ਮਨਾਇਆ ਅਕਾਲ ਤਖ਼ਤ ਸਦੀਆਂ ਦੇ ਰੂਪ 'ਚ, ਉਹ 52 ਰਾਜਿਆਂ ਦੀ ਔਲਾਦ ਦੇ ਜਿਹੜੇ ਰਾਜੇ ਆ, ਭਾਵੇਂ ਰਾਜ 'ਚ ਨਹੀਂ ਰਹੇ, ਵੱਜਦੇ ਆ, ਅਤੇ 10 ਛੋਟੇ ਰਜਵਾੜੇ, 62 ਕਾਰਾਂ ਸ਼ਾਮਿਲ ਹੋਈਆਂ ਸੀ ਨਗਰ ਕੀਰਤਨ 'ਚ, ਜਿਹੜਾ ਗਵਾਲੀਅਰ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਚੱਲਿਆ ਸੀ। ਉਹਨਾਂ ਨੂੰ ਫਿਰ ਜਾਗਰਤੀ ਆਈ ਕਿ ਸਾਡੇ ਬਜ਼ੁਰਗਾਂ ਨੂੰ ਮਹਾਰਾਜ ਨੇ ਜੀਵਨ ਦਾਨ ਦਿੱਤਾ ਸੀ। ਜਦੋਂ ਇਹ ਦਿਨ ਮਨਾਇਆ ਨਾ ਸਦੀ ਦੇ ਰੂਪ 'ਚ, ਉੱਥੇ ਫਿਰ ਅਕਾਲ ਤਖ਼ਤ ਉਹਨਾਂ ਦੇ 52 ਤਾਂ ਉਹ ਹੋ ਗਿਆ, 10 ਹੋਰ ਹੋਣਗੇ, ਮਤਲਬ 62 ਕਾਰਾਂ ਸੀਆਂ ਉਹਨਾਂ ਦੀਆਂ ਜਿਹੜੇ ਨਗਰ ਕੀਰਤਨ ਜਦੋਂ ਸ਼ਾਮਿਲ ਹੋਏ। ਅਤੇ ਉਹਨਾਂ ਨੂੰ ਫਿਰ ਉੱਥੋਂ ਮਹਾਰਾਜ ਸਰੋਪੇ ਵੀ ਮਿਲੇ ਕਿ ਵੀ ਇਹ ਪਰਿਵਾਰ ਸਾਰੇ ਦੁਬਾਰਾ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜ ਗਏ। ਸੋ ਸਤਿਗੁਰੂ ਗਰੀਬ ਨਿਵਾਸ ਜੀ ਫਿਰ ਚੰਦੂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹਦੇ ਨੱਕ ਦੇ ਵਿੱਚ ਫਿਰ ਨਕੇਲ ਪਾਲੇ, ਫਿਰ ਇਸ ਨੂੰ ਅੰਮ੍ਰਿਤਸਰ ਸਾਹਿਬ ਦੇ ਸਾਰੇ ਬਾਜ਼ਾਰਾਂ ਵਿੱਚ ਘੁਮਾਇਆ ਅਤੇ ਦੀਵਾਲੀ ਵਾਲੇ ਦਿਨ ਇੱਥੇ ਪਹੁੰਚੇ ਅਤੇ ਸੰਗਤਾਂ ਨੇ ਹਜ਼ੂਰ ਦੇ ਆਉਣ ਨਾਲ ਦੀਪਮਾਲਾ ਕੀਤੀ। ਗੱਜ ਕੇ ਬੋਲੋ। ਸੋ ਇਹ ਸਾਧ ਸੰਗਤ ਜੀ ਤਰੀਕ ਹੈਗੀ ਹੈ ਸੰਮਤ 1674। ਸਤਿਗੁਰੂ ਜੀ ਨੇ ਇਸ ਦਿਨ 'ਤੇ ਬਖਸ਼ਿਸ਼ ਕੀਤੀ ਅਤੇ ਹਜ਼ੂਰ ਦਾ ਨਾਮ ਪੈ ਗਿਆ ਬੰਦੀ ਛੋੜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਕਾਲ ਤਖ਼ਤ ਸਿਰਜਣਾ, ਫਿਰ ਨੂਰ ਜਹਾਂ ਨੇ ਬੇਨਤੀ ਕੇ ਸੇਵਾ ਮੈਨੂੰ। ਉਹ ਮੀਆਂ ਮੀਰ ਦੀ ਬੜੀ ਸ਼ਰਧਾਲੂ ਸੀ, ਨਹੀਂ ਕਹਿੰਦੇ ਰਾਜ ਸੀ ਨਹੀਂ, ਸੰਗਤ ਦੇ ਦਸਵੰਧ ਦੀ ਕਿਰਤੀ ਸਿੱਖਾਂ ਦੀ ਮਾਇਆ। ਇਹਦੇ 'ਚ ਆਪ ਹਜ਼ੂਰ, ਬਾਬਾ ਬੁੱਢਾ, ਭਾਈ ਗੁਰਦਾਸ, ਭਾਈ ਜੇਠਾ ਪੁਰਾਣਾ, ਖੁਦ ਆਪ ਕਾਂਡੀਆਂ ਕਈਆਂ ਫੜ ਕੇ ਸੇਵਾ ਕੀਤੀ ਹੈ ਮਹਾਰਾਜ ਨੇ। ਇਹਦਾ ਨਾਂ ਰੱਖਿਆ ਅਕਾਲ ਤਖ਼ਤ ਸਾਹਿਬ। ਅੱਜ ਜਿੱਥੇ ਧਰਮ ਅਤੇ ਨੀਤੀ ਦਾ ਸੁਮੇਲ ਕੀਤਾ ਗਿਆ, ਸੰਤ ਸਿਪਾਹੀ ਮੀਰੀ ਪੀਰੀ, ਜਦੋਂ ਦੌਲੇ ਨੇ ਕਿਹਾ ਸੀ ਉਹ ਗੁਜਰਾਤ ਦੇ ਕਿ ਮਹਾਰਾਜ ਫਕੀਰਾਂ ਦੀ ਗੱਦੀ, ਫਕੀਰ ਕੀ ਅਤੇ ਔਰਤ ਕੀ, ਫਕੀਰ ਦੀ ਪੁੱਤਰ ਕੀ ਅਤੇ ਮਾਇਆ ਕੀ ਅਤੇ ਤਲਵਾਰ ਕੀ। ਅਤੇ ਹਜ਼ੂਰ ਨੇ ਕਿਹਾ ਸੀ ਔਰਤ ਈਮਾਨ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਗਜਰਾਨ ਹੈ। ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਨਾ ਮੀਰਾਂ ਦੀ ਮੀਰੀ ਖੋਲ੍ਹਣੀ ਆ, ਦੂਜੇ ਨਾ ਪੀਰਾਂ ਦੀ ਪੀਰੀ। ਸ਼ਾਹ ਦੌਲਾ ਜੀ ਜਿਹੜੇ ਦੁਸ਼ਟ ਲੋਕ ਆ, ਉਹ ਹਥਿਆਰ ਬਿਨਾਂ ਕਾਬੂ ਨਹੀਂ ਆਉਂਦੇ। ਰੂਪ ਦਿਖਾਵਣ ਬਾਰੋ ਬਾਰੀ, ਦਲ ਭੰਜਨ ਗੁਰ ਸੂਰਮਾ, ਬੜ ਯੋਧਾ ਬਹੁ ਪਰਉਪਕਾਰੀ, ਯੋਧੇ ਦਾ ਬੜੇ ਹੋਏ ਆ, ਪਰ ਲੋਕਾਂ ਦੀਆਂ ਇੱਜ਼ਤਾਂ ਅਤੇ ਲੁੱਟਣ ਕੋ ਸੁੱਟਣ ਵਾਲੇ ਹੋਏ ਆ, ਨਾਦਰ ਅਬਦਾਲੀ ਵਾਲੇ ਥੋੜ੍ਹੇ ਹੋਏ ਆ। ਯੋਧੇ ਵੀ ਵੱਡੇ ਅਤੇ ਪਰਉਪਕਾਰੀ। ਜਹਾਂਗੀਰ ਤਾਂ ਫਿਰ ਮੇਲ ਰੱਖਦਾ ਰਿਹਾ ਅਤੇ ਸ਼ਾਹਜਹਾਂ ਨੇ ਫਿਰ ਪੰਗੇ ਲਏ, 4 ਯੁੱਧ ਅਤੇ ਚੌਹਾਂ 'ਚ ਲੱਕ ਤੋੜਵੀ ਹਾਰ ਖਾਧੀ। ਗੱਜ ਕੇ ਬੋਲੋ। ਸੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ 1665 ਵਿੱਚ ਅਕਾਲ ਤਖ਼ਤ ਦੀ ਰਚਨਾ ਕੀਤੀ ਔਰ 7 ਚੇਤ ਸੁਦੀ 5 ਸੰਮਤ 1701 3 ਮਾਰਚ 1644 ਨੂੰ ਹਜ਼ੂਰ ਜੋਤੀ ਜੋ ਸਮਾਏ 37 ਸਾਲ 10 ਮਹੀਨੇ 7 ਦਿਨ ਗੁਰਤਾ ਗੱਦੀ ਕੀਤੀ ਅਤੇ ਕੁੱਲ ਉਮਰ ਸਰੀਰਕ 48 ਸਾਲ 8 ਮਹੀਨੇ 15 ਦਿਨ। ਚਲੋ ਕਿੰਨੀ ਕੁ ਉਮਰ ਹੈ ਅਤੇ ਕਾਰਨਾਮੇ ਹਜ਼ੂਰ ਦੇ ਕਿੱਡੇ ਐਡੀਆਂ ਬਾਦਸ਼ਾਹੀਆਂ ਦੇ ਨਾਲ ਟੱਕਰਾਂ ਲੈਣੀਆਂ ਅਤੇ ਫਿਰ ਵਿਜੈ ਪ੍ਰਾਪਤ ਕਰਨੀ, ਅਲੌਕਿਕ ਖੇਲ ਹੀ ਹੈ ਸਤਿਗੁਰੂ ਗਰੀਬ ਨਿਵਾਸ ਜੀ ਦੀ। ਇਹ ਤਾਂ ਭਾਈ ਹੈ ਸਤਿਗੁਰੂ ਜੀ ਦਾ ਇਤਿਹਾਸ। ਹੁਣ ਹੈ ਭਾਈ ਮਨੀ ਸਿੰਘ ਜੀ।
ਸੰਮਤ 1761 ਵਿੱਚ ਇਹਨਾਂ ਨੇ ਕੁਰਾਨ ਦੀਆਂ ਅਤੇ ਉੱਧਰ ਗਊਆਂ ਦੀਆਂ ਕਸਮਾਂ 8 ਮਹੀਨੇ ਘੇਰਾ ਰਿਹਾ, ਸ਼੍ਰੀ ਅਨੰਦਪੁਰ ਸਾਹਿਬ ਦਾ ਤਿਆਗ ਕੀਤਾ। ਅਤੇ ਜਿਸ ਤਰ੍ਹਾਂ ਨਰਮੋਹਗੜ੍ਹ ਠੇਰੀ ਅਤੇ ਜਾਂ ਚਮਕੌਰ ਸਾਹਿਬ ਫਤਿਹਗੜ੍ਹ ਸਾਕੇ ਹੋਏ ਹੈ, ਆਪ ਜੀ ਗਾਹੇ ਵਗਾਹੇ ਇਤਿਹਾਸ ਸੁਣਦੇ ਰਹਿੰਦੇ ਹਾਂ ਅਤੇ ਸਿਆਣੇ ਆਪ ਵੀ ਪੜ੍ਹੇ ਲਿਖੇ ਹੋ ਅਤੇ ਸਮਾਂ ਇਜਾਜ਼ਤ ਨਹੀਂ ਦਿੰਦਾ ਉਹਨੂੰ, ਫਿਰ ਆਪ ਜੀ ਨੇ ਕਿਰਪਾ ਕਰਕੇ ਆਪ ਹੀ ਪੜ੍ਹਨ ਦੀ ਕਿਰਪਾਲਤਾ ਕਰਿਓ। ਅਤੇ ਅੱਜ ਦਾ ਜੋ ਵਿਚਾਰ ਹੈ, ਸੋ 1762 ਅਤੇ 63 ਵਿੱਚ ਭਾਈ ਮਨੀ ਸਿੰਘ ਜੀ ਜਦੋਂ ਅਨੰਦਪੁਰ ਛੱਡਿਆ, ਸਤਿਕਾਰ ਦੇ ਨਾਲ ਮਾਤਾਵਾਂ ਨੂੰ ਦਿੱਲੀ ਲੈ ਕੇ ਪਹੁੰਚੇ ਸੀ। ਜਦੋਂ ਹਜ਼ੂਰ ਇੱਧਰੋਂ ਇਹ ਮੁਕਤਸਰ ਦਾ ਜੰਗ ਸਾਰਾ ਫਤਿਹ ਕਰਕੇ ਇੱਥੇ ਆਏ ਹੈ, ਅਤੇ ਇੱਥੇ ਫਿਰ ਭਾਈ ਮਨੀ ਸਿੰਘ ਜੀ ਮਾਤਾਵਾਂ ਨੂੰ ਲੈ ਕੇ ਆਏ ਸੀ। ਇੱਥੇ ਹੀ ਮਾਤਾਵਾਂ ਨੇ ਕਿਹਾ ਸੀ ਨਾ, ਸੰਗਤ ਦੀਵਾਨ ਲੱਗਿਆ ਕਿ ਮੇਰੇ ਪੁੱਤਰ ਕਿੱਥੇ ਆ, ਅਤੇ ਹਜ਼ੂਰ ਨੇ ਇਹ ਬਚਨ ਕੀਤੇ ਸੀ ਕਿ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਵਾਲੀ ਗੱਲ, ਇਹ ਖਾਲਸਾ ਹੀ ਤੇਰਾ ਪੁੱਤਰ ਹੈ, ਹਰ ਇੱਕ ਚਾਹੁੰਦਾ ਮੇਰੀ ਵੰਸ਼ ਪਰੰਪਰਾ ਚੱਲੇ। ਔਰ ਦੇਖੋ 9 ਸਾਲ ਦੀ ਉਮਰ ਪਿਤਾ, ਅਤੇ ਅੱਜ ਮਾਤਾ, ਅਤੇ ਚਾਰੇ ਸਾਹਿਬਜ਼ਾਦੇ, ਕਿੰਨੇ ਪੁਰਾਣਾਂ ਨੂੰ ਪਿਆਰੇ ਗੁਰਸਿੱਖ, ਅਤੇ 5 ਪਿਆਰਿਆਂ 'ਚੋਂ 3 ਸ਼ਹੀਦੀਆਂ ਪਾਈਆਂ, ਅਤੇ ਸਾਧ ਸੰਗਤ ਜੀ ਸਤਿਗੁਰੂ ਜੀ ਚੜ੍ਹਦੀ ਕਲਾ ਦੇ ਵਿੱਚ ਹੀ ਰਹੇ ਅਤੇ ਐਸਾ ਹੀ ਉਪਦੇਸ਼ ਦੇ ਕੇ ਗਏ ਆ। ਸੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਇਹ ਫਿਰ ਵਿਚਾਰਧਾਰਾ ਹੈ ਕਿ ਇੱਕ ਵਾਰੀ ਕੋਈ ਸਿੰਘ ਦੱਖਣੀ ਓਂਕਾਰ ਪੜ੍ਹਦਾ ਸੀ, ਅਤੇ ਉਹ ਪੰਗਤੀ ਪੜ੍ਹੀ, ਕਰਤੇ ਕੀ ਮਿਤ ਕਰਤਾ ਜਾਣਾ ਕੇ ਜਾਣਾ ਗੁਰਸੂਰਾ, ਪਾਠ ਹੈਗਾ ਕੈ, ਅਤੇ ਜੇ ਗੁਰੂ ਸੂਰਮਾ ਜਾਣਦਾ ਹੀ ਨਹੀਂ ਤਾਂ ਸਿੱਖ ਨੂੰ ਕੀ ਜਣਾਵੇਗਾ, ਅਰਥ ਕਿੰਨਾ ਗਲਤ ਹੋ ਗਿਆ। ਅਤੇ ਮਹਾਰਾਜ ਨੇ ਕਿਹਾ ਇਹਨੂੰ ਕਹੋ ਭਾਈ ਸੋਧ ਕੇ ਪੜ੍ਹੇ। ਉਹ ਧੁਨ ਵਿੱਚ ਸੀ, ਅਤੇ ਜਿਹੜਾ ਬੰਦ ਕਰਨ ਗਿਆ ਉਹਨੂੰ ਕਿਤੇ ਚਪੇੜ ਮਾਰ ਦਿੱਤੀ, ਉੱਥੇ ਦਾ ਬੋਲਿਆ ਨਾ, ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਤੁਹਾਡੀ ਬਾਣੀ ਪੜ੍ਹਨੀ, ਇੱਥੇ ਚਪੇੜਾਂ ਪੈਣੀਆਂ, ਦਰਗਾਹ 'ਚ ਕੀ ਸਹਾਇਤਾ ਕਰੂ। ਕਹਿੰਦੇ ਭਾਈ ਬਾਣੀ ਸਾਡਾ ਰੂਪ ਹੈ, ਤੂੰ ਸਾਡੇ ਅੰਗ ਭੰਗ ਕਰਨਾ। ਕਹਿੰਦੇ ਮਹਾਰਾਜ ਸਾਨੂੰ ਅਰਥ ਬੋਧ ਨਹੀਂ, ਅਤੇ ਪਾਠ ਦੀ ਸ਼ੁੱਧੀ ਅਰਥ ਬੋਧ ਬਖਸ਼ਿਸ਼ ਕਰੋ। ਕਹਿਣ ਲੱਗੇ ਹੁਣ ਜੰਗ ਯੁੱਧਾਂ ਦਾ ਸਮਾਂ, ਅਤੇ ਜਦੋਂ ਮਹਾਰਾਜ ਬਖਸ਼ਿਸ਼ ਕਰਨਗੇ। ਫਿਰ ਦਮਦਮੇ ਸਾਹਿਬ ਬੇਨਤੀ ਕੀਤੀ, ਉੱਥੇ ਫਿਰ ਮਹਾਰਾਜ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਇਹ ਸਰੂਪ ਲਿਖਾਇਆ ਅਤੇ ਆਪ ਕੰਠੋਂ ਉਚਾਰਨ ਕੀਤਾ। ਉਹਦੇ ਉਤਾਰੇ ਬਾਬਾ ਦੀਪ ਸਿੰਘ ਜੀ ਨੇ 4 ਉਤਾਰੇ ਕੀਤੇ। ਉਦੋਂ 4 ਤਖਤ ਸੀ, 5ਵਾਂ ਸੰਤ ਬਾਬਾ ਫਤਿਹ ਸਿੰਘ ਜੀ ਵੇਲੇ ਦਮਦਮਾ ਪੰਥ ਵੱਲੋਂ ਪ੍ਰਵਾਨਿਤ ਹੋਇਆ। 4 ਪਹਿਲੇ ਜਿਹੜੇ ਤਖਤ ਸੀ ਉੱਥੇ, ਉਹ 4 ਸਰੂਪ ਸਭਾਏਮਾਨ ਹੋਏ, ਉਹਨਾਂ 'ਚੋਂ 1 ਪਟਨੇ ਅਤੇ 1 ਹੈ ਹਜ਼ੂਰ ਸਾਹਿਬ। ਉਸ ਰੂਪ ਤੋਂ ਦਾਸ ਨੇ 15 ਦਿਨ ਕਥਾ ਵੀ ਕੀਤੀ ਹੈ, ਜਿਹੜਾ ਹਜ਼ੂਰ ਸਾਹਿਬ ਬਾਬਾ ਦੀਪ ਸਿੰਘ ਦੇ ਹੱਥਾਂ ਦਾ ਲਿਖਿਆ ਹੋਇਆ। 1 ਜਲੰਧਰ ਬਸਤੀ ਸ਼ੇਖ ਗੁਰਦੁਆਰੇ 1 ਸਰੂਪ ਹੈ ਬਾਬਾ ਦੀਪ ਸਿੰਘ ਦੇ ਹੱਥਾਂ ਦਾ ਲਿਖਿਆ ਆ, ਭਾਈ ਰੂਪੇ ਪਿੰਡ ਪਰਮ ਸਿੰਘ ਅਤੇ ਧਰਮ ਸਿੰਘ ਦਸਮ ਪਾਤਸ਼ਾਹ ਦੇ ਹਜ਼ੂਰੀ ਸਿੱਖ ਹੋਏ ਹੈ, ਉਹਨਾਂ ਦੇ ਪਰਿਵਾਰ ਨੂੰ ਮਹਾਰਾਜ ਦੇ ਗਏ ਸੀ। ਬਹੁਤ ਬਖਸ਼ਾਂ ਦਿੱਤੀਆਂ, ਹੋਰ ਚੀਜ਼ਾਂ ਬਹੁਤ ਆ ਉੱਥੇ, ਹੁਕਮਨਾਮੇ ਵਗੈਰਾ ਵੀ। ਸੋ ਇਸ ਤਰ੍ਹਾਂ ਫਿਰ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਇਹ ਸੇਵਾ ਲਈ, ਅਤੇ ਉੱਥੇ ਵਿੱਦਿਆ ਦੀ ਟਕਸਾਲ ਆਰੰਭ ਕੀਤੀ, ਅਤੇ ਮਹਾਰਾਜ ਨੇ ਆਪ ਅਰਥ ਪੜ੍ਹਾਏ, ਅਤੇ ਟਕਸਾਲਾਂ ਜਿਹੜੀਆਂ ਸੰਪਰਦਾਵਾਂ ਆਰੰਭ ਹੋਈਆਂ, ਅੱਜ ਤੱਕ ਉਹ ਪਰੰਪਰਾ ਮੁਤਾਬਕ ਸੀਨੇ ਵਸੀਨੇ ਅਰਥ ਜਿਵੇਂ ਉਹ ਚੱਲ ਰਿਹਾ ਹੈ। ਇਹ ਵਿਆਖਿਆ ਫਿਰ ਬੜੀ ਲੰਬੀ ਹੋ ਜਾਂਦੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਫਿਰ ਮਹਾਰਾਜ ਜਦੋਂ ਅਨੰਦਪੁਰ ਤੋਂ ਇੱਥੇ ਆਏ, ਇੱਥੋਂ ਫਿਰ ਹਜ਼ੂਰ ਸਾਹਿਬ ਅਤੇ ਜੋਤੀ ਜੋਤ ਸਮਾਉਣ ਦੇ ਸਾਰੇ ਪ੍ਰਸੰਗ ਹੈ, ਅਤੇ ਮਾਤਾ ਸੁੰਦਰ ਕੌਰ ਜੀ ਨੇ ਬੰਦੇ ਬਹਾਦਰ ਤੋਂ ਉਹਦੇ ਵੇਲੇ ਅਤੇ ਬਾਅਦ ਵਿੱਚ 39 ਸਾਲ ਲਗਾਤਾਰ ਖਾਲਸਾ ਪੰਥ ਦੀ ਅਗਵਾਈ ਕੀਤੀ। ਉਹ ਭਾਈ ਹੌਲੀ ਕਰਿਆ ਕਰੋ, ਅਤੇ ਗੱਲ ਤਾਂ ਪ੍ਰਸ਼ਾਦ ਦੀ ਹੈ, ਇਸ਼ਾਰੇ ਨਾਲ, ਇੱਕ ਸਹਿਨਤ ਹੁੰਦੀ ਇੱਕ ਬਹਿਨਤ ਹੁੰਦੀ ਹੈ।
ਇਸ਼ਾਰੇ ਨਾਲ ਹੀ ਕੰਮ ਕਰਨਾ, ਬਹਿਨੋ ਤੁੰਦਾ ਬੋਲ ਕੇ, ਅਤੇ ਇਹ ਗੱਲਾਂ ਸਮਝਣੀਆਂ ਚਾਹੀਦੀਆਂ। ਸੋ ਸਾਧ ਸੰਗਤ ਜੀ, ਫਿਰ ਭਾਈ ਮਨੀ ਸਿੰਘ ਸਾਹਿਬ ਜੀ ਦੀ ਜਿਲ੍ਹੇ ਤੱਤ ਖਾਲਸੇ ਅਤੇ ਬੰਦਈਆਂ 'ਚ ਬੰਦੇ ਬਹਾਦਰ ਤੋਂ ਵੱਧ ਝਗੜਾ ਹੋਇਆ, ਸਪੈਸ਼ਲ ਸੇਵਾ ਲਾ ਕੇ ਦਰਬਾਰ ਸਾਹਿਬ ਭੇਜਿਆ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ। ਇਹ 5 ਸਾਲ ਦੀ ਉਮਰ 'ਚ ਗੁਰੂ ਤੇਗ ਬਹਾਦਰ ਜੀ ਨੂੰ ਚੜ੍ਹਾਏ ਗਏ ਸੀ। ਹਜ਼ੂਰ ਨੇ ਕਿਹਾ ਨਾਂ ਕੀ ਹੈ? ਕਹਿੰਦੇ ਜੀ ਮਨੀਆਂ। ਕਹਿੰਦੇ ਇਹਨੂੰ ਲੰਗਰ ਦੀ ਸੇਵਾ ਚਲਾਓ, ਭਾਂਡੇ ਮਾਂਜੇ। ਕਹਿੰਦੇ ਆਪਣਾ ਮਨ ਮਾਂਜ ਲਏਗਾ, ਮਣੀ ਵਾਂਗੂ ਪ੍ਰਕਾਸ਼ ਰੂਪੇ ਹੋ ਜਾਊਗਾ। ਗੱਜ ਕੇ ਬੋਲੋ। ਜਿਤਨਾ ਵੀ ਸਿੱਖਾਂ ਦਾ ਇਤਿਹਾਸ ਹੈ, ਜੇ ਸਭ ਨਾਲੋਂ ਵੱਧ ਕਿਸੇ ਪਰਿਵਾਰ ਦੀ ਕੁਰਬਾਨੀ ਹੈ, ਉਹ ਇੱਕੋ ਇੱਕ ਭਾਈ ਮਨੀ ਸਿੰਘ ਜੀ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਖੂਨੀ ਨਾਤੇ ਦੀਆਂ 68 ਸ਼ਹੀਦੀਆਂ ਹੋਈਆਂ। ਇੰਨੀ ਕੁਰਬਾਨੀ ਅੱਜ ਤੱਕ ਕਿਸੇ ਪਰਿਵਾਰ ਦੀ ਵੀ ਹੈ ਨਹੀਂ। ਔਰ ਅੰਦਰ ਤਾਂ ਸਾਰੇ ਦੀਵਾ ਬਾਲਦੇ ਹੈ, ਹਨੇਰੀ ਵਿੱਚ ਕੋਈ ਬਾਲੇ? ਉਦੋਂ ਹਨੇਰੀ ਝੁੱਲੀ ਸੀ ਜਿਲ੍ਹੇ ਭਾਈ ਮਨੀ ਸਿੰਘ। ਔਰ ਦੇਖੋ ਉਹਨਾਂ ਦੀ ਦਾਨਿਸ਼ਮੰਦੀ, ਇਹ ਝਗੜਾ ਨਿਬੇੜਨ ਲਈ ਕਹਿੰਦੇ ਗੁਰੂ ਰਾਮਦਾਸ 'ਤੇ ਫੈਸਲਾ ਰੱਖ ਦਿਓ, ਪਰਚੀਆਂ ਪਾਈਆਂ, ਉਹ ਬਦਈਆਂ ਦੀ ਡੁੱਬ ਗਈ ਅਤੇ ਤੱਤ ਖਾਲਸੇ ਦੀ ਤਰ ਗਈ, ਅਤੇ ਬੰਦਈ ਜਿਹੜੇ ਸੀ ਵੀ ਉਹ ਤੱਤ ਖਾਲਸੇ 'ਚ ਅਭੇਦ ਹੋ ਗਏ। ਪੰਥ ਵਿੱਚ ਕਿਵੇਂ ਏਕਤਾ ਕੀਤੀ, ਅਤੇ ਅੱਜ ਵੀ ਬੜੀ ਫੁੱਟ ਹੈ। ਅਤੇ ਹੁਣ ਮਨੀ ਸਿੰਘ ਵਰਗਾ ਹੋਵੇ ਤਾਂ ਕਿਰਪਾ ਕਰੇ, ਅਤੇ ਹੁਣ ਛੋਟੀਆਂ ਛੋਟੀਆਂ ਜਥੇਬੰਦੀਆਂ ਬਹੁਤ ਬਣੀ ਜਾਂਦੀਆਂ, ਅਤੇ ਉਹ ਕਈ ਵਾਰੀ ਟਕਸਾਲਾਂ 'ਤੇ ਵੀ ਨੁਕਤਾਚੀਨੀ ਚੱਲ ਪੈਂਦੀ, ਸੰਪਰਦਾਵਾਂ 'ਤੇ ਵੀ। ਅਤੇ ਇਹ ਜਿਹੜੀ ਸਾਡਾ ਆਪਸ ਵਿੱਚ ਹੈ, ਇਹਦੇ ਨਾਲ ਖਾਲਸੇ ਪੰਥ ਦਾ ਬੜਾ ਨੁਕਸਾਨ ਹੋ ਰਿਹਾ। ਅੱਜ ਭਾਈ ਬੰਦੀ ਛੋੜ ਦਿਵਸ ਆ, ਅਤੇ ਭਾਈ ਮਨੀ ਸਿੰਘ ਦਾ ਸ਼ਹੀਦੀ ਪੁਰਬ ਆ, ਅਤੇ ਜੇ ਸਾਰੇ ਹੀ ਇਸ ਗੱਲ ਨੂੰ ਸਮਝੋ ਅਤੇ ਆਪੋ ਆਪਣੀਆਂ ਕਮਜ਼ੋਰੀਆਂ ਮਹਾਰਾਜ ਚਰਨਾਂ 'ਚ ਕੱਢੋ, ਅਤੇ ਏਕਤਾ ਇਤਫਾਕ ਨਾਲ ਚੱਲੋ, ਅਤੇ ਜਿੱਥੇ ਗੁਰਮਨ ਦੇ ਅਸੂਲਾਂ ਮੁਤਾਬਕ ਕਮਜ਼ੋਰੀ ਹੈ ਉਹ ਵੀ ਦੂਰ ਕਰਕੇ ਬਾਣੀ ਤੋਂ ਸੇਧ ਲੈ ਕੇ ਚੱਲੀਏ, ਅਤੇ ਫਿਰ ਤਾਂ ਮਹਾਰਾਜ ਦੀ ਕੋਈ ਕਿਰਪਾ ਹੋ ਜਾਏਗੀ। ਅਤੇ ਜੇ ਆਪੋ ਆਪਣੇ ਭਾਈ ਰਸੇ ਤੜਾਈ ਗਏ, ਨੁਕਸਾਨ ਅੱਗੇ ਵੀ ਬੜਾ ਹੋ ਚੁੱਕਿਆ ਅਤੇ ਹੋਰ ਵੀ ਹੋਣ ਦਾ ਫਿਰ ਖਤਰਾ ਹੈ। ਸੋ ਮਾਤਾ ਸੁੰਦਰ ਕੌਰ ਜੀ ਨੇ ਇਹਨਾਂ ਨੂੰ ਫਿਰ ਸਾਧ ਸੰਗਤ ਜੀ ਸੰਮਤ 1763 ਦੇ ਵਿੱਚ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਨਿਯੁਕਤ ਕੀਤਾ। ਗੱਜ ਕੇ ਬੋਲੋ। ਇਹ ਵੀ ਇਤਿਹਾਸ ਦੀ ਇੱਕ ਨਵੀਂ ਗੱਲ ਹੈ। 39 ਸਾਲ ਮਾਤਾ ਜੀ ਨੇ ਪੰਥ ਦੀ ਅਗਵਾਈ ਕੀਤੀ। 39 ਸਾਲ, 239 ਸਾਲ ਦਸਾਂ ਗੁਰੂਆਂ ਨੇ ਕਿਰਪਾ ਕੀਤੀ ਅਤੇ ਮਾਤਾ ਜੀ ਨੇ 39 ਸਾਲ, ਇਤਨਾ ਵੱਡਾ। ਔਰ ਦਿੱਲੀ ਜਿੱਥੇ ਗੜ੍ਹ ਸੀ ਉਹਨਾਂ ਦੀ ਰਾਜਧਾਨੀ ਦਾ, ਉੱਥੇ ਮਾਤਾ ਜੀ ਰਹੇ ਹੈ। ਕਿੱਡੀ ਨਿਡਰਤਾ ਹੈ ਉਹਨਾਂ ਦੇ ਅੰਦਰ, ਇਹ ਵੀ ਬਹੁਤ ਵੱਡੀ ਗੱਲ ਹੈ, ਕਿਉਂਕਿ ਉੱਥੇ ਹਕੂਮਤ ਦੀ ਰਾਜਧਾਨੀ ਸੀ ਅਤੇ ਰਹੇ ਵੀ ਉੱਥੇ ਹੀ ਹੈ, ਉੱਥੋਂ ਹੀ ਹੁਕਮਨਾਮੇ ਜਾਰੀ ਕਰਦੇ ਰਹੇ ਹੈ ਮਾਤਾ ਜੀ। ਸੋ ਫਿਰ ਸਾਧ ਸੰਗਤ ਜੀ, ਕਿ ਇਹ ਘਟਨਾ ਕਿਵੇਂ ਹੋਈ? ਉਦੋਂ ਇੱਕ ਸਾਨੂੰ ਪੱਤਰ ਮਿਲਿਆ ਭਾਈ ਮਨੀ ਸਿੰਘ ਜੀ ਦਾ। ਮਾਫ਼ੀ ਮੈਂ ਚਾਹਾਂਗਾ, ਕਿਉਂਕਿ ਹੁਣ ਕਈ ਵਾਰੀ ਮੂੰਹ ਜਵਾਨੀ ਸਾਰੀਆਂ ਗੱਲਾਂ ਚੇਤੇ ਨਹੀਂ ਰਹਿੰਦੀਆਂ, ਕਿ ਉਹਨਾਂ ਸ਼ਬਦਾਂ ਵਿੱਚ ਥੋੜ੍ਹਾ ਕੋਈ ਹੇਰ ਫੇਰ ਹੋ ਜਾਏ, ਆਪਾਂ ਭਾਵ ਅਰਥ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਉਹ ਪੱਤਰ ਦਿੱਲੀ ਨੂੰ ਮਾਤਾ ਜੀ ਨੂੰ ਲਿਖਿਆ ਭਾਈ ਸਾਹਿਬ ਜੀ ਨੇ, ਉਹਦੇ ਹੀ ਲਿਖਿਆ ਕਿ ਮਲੇਸ਼ ਦੀ ਦੋਹੀ ਫਿਰ ਗਈ ਹੈ, ਪੰਜਾਬ ਦੇ ਵਿੱਚ ਇਹਨਾਂ ਦਾ ਗੋਗਾ ਹੈ ਅਤੇ ਸਿੰਘਾਂ ਨੂੰ ਇਹ ਕੁੱਸ ਕੁੱਸ ਕੇ ਮਾਰਦੇ ਹਨ, ਸਿੰਘ ਪਹਾੜਾਂ ਵਿੱਚ ਜਾ ਚੜ੍ਹੇ ਹਨ, ਇੱਕ ਪੇਸ਼ੇਨ ਗੋਈ ਹੈ। ਇਹ ਬੜੀ ਸਮਝ ਗੋਚਰੀ ਹੈ ਕਿ ਬੰਦਾ ਭਾਗਣ ਵਿੱਚ ਸਫਲ ਹੋ ਗਿਆ ਹੈ। ਔਰ ਮੈਂ ਕ੍ਰਿਸ਼ਨਾ ਅਵਤਾਰ
ਤੇ ਚਿੱਤਰੋ ਪਖਿਆਨ ਦੀ ਪੋਥੀ ਫਲਾਣੇ ਕੋ ਭੇਜ ਰਿਹਾ ਹਾਂ। ਮੇਰੇ ਸਰੀਰ ਵਿੱਚ ਬਾਤ ਦਾ ਰੋਗ ਵੱਧ ਗਿਆ ਹੈ ਔਰ ਦਰਬਾਰ ਸਾਹਿਬ ਦੀ ਮਰਯਾਦਾ ਸਹੀ ਢੰਗ ਨਾਲ ਚੱਲ ਰਹੀ ਹੈ। ਇਹ ਉਹਦੇ ਕੁਝ ਅਕਸ਼ਰ ਹਨ। ਅਤੇ ਹੁਣ ਭਾਈ ਮਨੀ ਸਾਹਿਬ ਚਾਹੁੰਦੇ ਸੀ ਕਿ ਸਰਬੱਤ ਖਾਲਸਾ ਬੁਲਾਇਆ ਜਾਏ, ਕਿਉਂਕਿ ਸਾਡੇ ਪਰੰਪਰਾ ਇਹ ਰਹੀ ਹੈ ਜਦੋਂ ਤਾਕਤਾਂ ਦੇ ਜਥੇਦਾਰਾਂ ਦੀ ਚੋਣ ਕਰਨੀ ਤਾਂ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ। ਉਹਦੇ ਦੁਆਰਾ ਅਤੇ ਵੋਟਿੰਗ ਨਹੀਂ ਇਲੈਕਸ਼ਨ ਨਹੀਂ ਸਿਲੈਕਸ਼ਨ ਹੁੰਦੀ ਸੀ। ਜਿਹੜੇ ਕਮਾਈ ਵਾਲੇ ਕੁਰਬਾਨੀ ਵਾਲੇ ਪਰਪਕਾਰੀ ਔਰ ਵਿਦਵਾਨ ਉਹਨਾਂ ਗੁਰਮੁਖਾਂ ਨੂੰ ਇਹ ਸੇਵਾ ਪੰਥ ਵੱਲੋਂ ਮਿਲਦੀ ਸੀ। ਉਹ ਕਈ ਵਾਰੀ ਨਾ ਨੁਕਰ ਵੀ ਪਰ ਪੰਥ ਦਾ ਹੁਕਮ ਮੰਨਣਾ ਪੈਂਦਾ ਸੀ। ਸੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਇਸ ਚੀਜ਼ ਨੂੰ ਮੁੱਖ ਰੱਖ ਕੇ ਕਿ ਜਿੰਨਾ ਦਿਵਾਲੀ 'ਤੇ ਇਕੱਠ ਹੁੰਦਾ ਇੰਨਾ ਕਿਤੇ ਨਹੀਂ, ਵੀ ਦਿਵਾਲੀ ਦਾ ਜਿਹੜਾ ਸਮਾਗਮ ਆ ਇਹ ਦਰਬਾਰ ਸਾਹਿਬ ਮਨਾਇਆ ਜਾਵੇ। ਇਸ ਬਹਾਨੇ ਨਾਲ ਸਾਰਾ ਪੰਥ ਇਕੱਠਾ ਹੋਏਗਾ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕਮਜ਼ੋਰੀਆਂ ਦੀ ਨਿਵਿਰਤੀ ਲਈ ਆਪਾਂ ਗੁਰਮਤੇ ਕਰਾਂਗੇ। ਅਤੇ ਹਕੂਮਤ ਦਾ ਪੂਰਾ ਜ਼ੋਰ ਸੀ, ਉਹਨਾਂ ਨੇ ਫਿਰ ਸੰਪਰਕ ਬਣਾਇਆ, ਕਿਉਂਕਿ ਭਾਈ ਸਾਹਿਬ ਵਿੱਦਿਆ ਦੀ ਟਕਸਾਲ ਵੀ ਚਲਾਉਂਦੇ ਸੀ। ਉਹਨਾਂ ਦੀ ਕਥਾ ਤੋਂ ਮੁਸਲਮਾਨ ਵੀ ਪ੍ਰਭਾਵਿਤ ਸਨ, ਵਿਦਵਾਨ ਔਰ ਕਮਾਈ ਉਹ ਵੀ ਸਰੋਤੇ ਸਨ। ਇਹਨਾਂ ਦੀ ਇਸ ਪ੍ਰਭਾਵਸ਼ਾਲੀ ਸ਼ਖਸੀਅਤ ਤੋਂ ਉਹਨਾਂ ਨੂੰ ਕੁਝ ਖਤਰਾ ਵੀ ਸੀ ਕਿ ਜੇ ਇਹੋ ਜਿਹਾ ਵਿਦਵਾਨ ਸਿੱਖਾਂ ਦੇ ਕੋਲ ਰਿਹਾ ਤਾਂ ਇਹਨਾਂ ਦੀ ਯੂਨਿਟੀ ਹੋ ਜਾਏਗੀ ਅਤੇ ਸਾਡੇ ਲਈ ਖਤਰਾ ਹੋ ਜਾਏਗਾ, ਇਹੀ ਡਰ ਹੁੰਦਾ ਇਹਨਾਂ ਲੋਕਾਂ ਨੂੰ। ਅਤੇ ਭਾਈ ਸਾਹਿਬ ਨੇ ਕੋਈ ਅਸਰ ਸੂਖ ਵਰਤ ਕੇ ਸਾਧ ਸੰਗਤ ਜੀ ਮੌਕੇ ਦੀ ਹਕੂਮਤ ਸੂਬਿਆਂ ਨਾਲ ਅਤੇ ਇਹ ਦਿਵਾਲੀ ਦਾ ਤਿਉਹਾਰ ਮਨਾਉਣ ਵਾਸਤੇ ਇਹ ਵਿਚਾਰ ਕੀਤੀ। ਉਹਨਾਂ ਕਪਟੀਆਂ ਨੇ ਕਿਹਾ ਕਿ ਜੇ ਤੁਸੀਂ ਦਿਵਾਲੀ ਦਾ ਤਿਉਹਾਰ ਮਨਾਉਣਾ ਕਿ ਹਕੂਮਤ ਨੂੰ ਇਤਨੀ ਮਾਇਆ ਦੇਣੀ ਪਊਗੀ। ਇਹ ਨਹੀਂ ਸਮਝਿਆ ਚਲੋ ਮਾਇਆ ਆਉਣ ਜਾਣ ਵਾਲੀ ਚੀਜ਼ ਹੈ, ਜਿੱਥੇ ਸੰਗਤ ਆ ਮਾਇਆ ਵੀ ਆ ਜਾਏਗੀ। ਪਰ ਇਸ ਵੇਲੇ ਪੰਥ ਦੀ ਖੇਰੂ ਸ਼ਕਤੀ ਨੂੰ ਇਕੱਠਾ ਕਰਨਾ ਜ਼ਰੂਰੀ ਹੈ ਅਤੇ ਨਹੀਂ ਅਤੇ ਆਪਣੇ ਧਰਮ ਔਰ ਮਾਲ ਜਾਨ ਹਰ ਤਰ੍ਹਾਂ ਰੱਖਿਆ ਬੜੀ ਧਰਮ ਸਥਾਨਾਂ ਦੀ ਅਸੰਭਵ ਹੋਏਗੀ, ਕਿ ਚਲੋ ਮਾਇਆ ਦੇ ਦਿਆਂਗੇ, ਇਹ ਬਚਨ ਹੋ ਗਿਆ। ਅਤੇ ਹਕੂਮਤ ਜਿਹੜੀ ਹੈ ਉਹ ਦੋਹਰੇ ਪੈਂਦੜੇ ਖੇਲਦੀ ਸੀ। ਉਹਨਾਂ ਨੇ ਕੀਤਾ, ਦਿਵਾਲੀ ਵਾਲੇ ਦਿਨ ਤੋਂ ਪਹਿਲਾਂ ਹੀ ਚਾਰ ਸਫੇਰੇ ਫੌਜੀ ਪਿਕਟਾਂ ਬਹਾਲ ਦਿੱਤੀਆਂ ਕਿ ਕਿਸੇ ਨੂੰ ਇੰਟਰੀ ਨਾ ਹੋਣ ਦਿਓ ਅੰਮ੍ਰਿਤਸਰ ਸਾਹਿਬ, ਪਹਿਰੇ ਲਾ ਤੇ। ਅਤੇ ਜਦੋਂ ਸੰਗਤ ਨਾ ਆਈ ਅਤੇ ਗੁਰਪੁਰਬ ਕਿਵੇਂ ਮਨਾਉਣਾ ਸੀ ਅਤੇ ਚੜਾਵਾ ਨਹੀਂ ਸੀ ਆਉਣਾ ਅਤੇ ਫਿਰ ਉਹ ਜਿਹੜੇ ਪੈਸੇ ਸੀ ਕਿੱਥੋਂ ਦੇਣੇ ਸੀ। ਇਹ ਸਿਰਫ ਉਹਨਾਂ ਦਾ ਢੰਗ ਸੀ, ਇਹ ਬਹਾਨਾ ਬਣਾ ਕੇ ਭਾਈ ਸਾਹਿਬ ਨੂੰ ਕਿ ਤੁਸਾਂ ਨੇ ਹਕੂਮਤ ਨੂੰ ਇਹ ਪੈਸਾ ਨਹੀਂ, ਉਹ ਕਹਿੰਦੇ ਤੁਸੀਂ ਸੰਗਤ ਨਹੀਂ ਆਉਣ ਦੀ ਪੈਸਾ ਕਿੱਥੋਂ ਦੇਈਏ। ਅਤੇ ਗ੍ਰਿਫਤਾਰ ਕਰ ਲਿਆ ਲਾਹੌਰ ਦੇ ਅੰਦਰ। ਆਪ ਜੀ ਸ਼ਾਇਦ ਗਏ ਹੋਵੋਗੇ ਬਹੁਤ ਸਾਰੇ, ਹੁਣ ਤਾਂ ਉੱਥੇ ਅਸਥਾਨ ਬਹੁਤ ਸੁੰਦਰ ਬਣ ਗਿਆ। ਤੁਹਾਡੀ ਹੀ ਹਿੰਮਤ ਹੋਈ ਹੈ ਵਲੈਤ ਵਾਲਿਆਂ ਦੀ, ਅਰਦਾਸ ਪਿਛਲੇ ਸਾਲ ਗੁਰਪੁਰਬ 'ਤੇ ਗਏ ਉਦੋਂ ਹੀ ਦਰਸ਼ਨ ਪਹਿਲੀ ਵਾਰੀ ਕੀਤਾ ਸਾਰੇ ਅਸਥਾਨਾਂ ਦਾ, ਅਤੇ ਕਥਾ ਵੀ ਕਰਦੇ ਰਹੇ ਹਾਂ ਅਤੇ ਸੰਗਤ ਉੱਧਰਲੀ ਅਤੇ ਇੱਧਰਲੀ ਸਾਰੇ ਬੜੀ ਪ੍ਰਸੰਨਤਾ ਦਿੰਦੇ ਰਹੇ। ਸੋ ਨਿਖਾਸ ਮੁੰਡੀ ਉਹ ਖੂਹ ਸੀ, ਜਿੰਨੇ ਵੀ ਸਿੰਘ ਸ਼ਹੀਦ ਕਰਨੇ ਉਹਨਾਂ ਦੇ ਸੀਸ ਉੱਥੇ, ਅਤੇ ਉਹ ਖੂਹ ਅੱਜ ਵੀ ਹੈਗਾ। ਉਹ ਜਿਹੜੇ ਤਹਿਖਾਨੇ ਬਣੇ ਸੀ ਜਿੱਥੇ ਸਜਾਵਾਂ ਦਿੰਦੇ ਸੀ, ਭਾਈ ਤਾਰੂ ਸਿੰਘ ਜੀ ਦਾ ਵੀ ਨਾਲ ਹੀ ਹੈ ਜਿੱਥੇ ਉਹਨਾਂ ਦੀ ਖੋਪਰੀ ਲਾਈ ਹੈ, ਅਤੇ ਉਹ ਦੁਸ਼ਟ ਦੀ ਕਬਰ ਵੀ ਨਾਲ ਹੀ ਹੈ। ਅਤੇ ਸਾਡੀਆਂ ਮਾਈਆਂ ਕਈ ਉੱਥੇ ਹੀ ਮੱਥਾ ਟੇਕੀ ਜਾਂਦੀਆਂ, ਗੱਜ ਕੇ ਬੋਲੋ ਮੀਰ ਮਨੂ ਦੇ। ਅਤੇ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਇੱਥੇ ਫਿਰ ਇਸ ਦਿਨ 'ਤੇ ਸ਼ਹੀਦ ਕੀਤਾ ਗਿਆ। ਸੋ ਸੰਮਤ 1754 ਦੇ ਵਿੱਚ ਇਹ ਉਹਨਾਂ ਦਾ ਸ਼ਹੀਦੀ ਦਿਨ ਵੀ ਹੈ।
ਦਿਨ ਮਨਾਉਣ ਦਾ ਭਾਵ ਕੀ ਹੈ? ਇੱਕ ਤਾਂ ਹੈ ਆਪਣੇ ਬਜ਼ੁਰਗਾਂ ਦਾ ਇਤਿਹਾਸ ਸੁਣਨਾ, ਸਾਨੂੰ ਪਤਾ ਲੱਗੇ ਸਾਡੇ ਗੁਰੂਆਂ ਨੇ, ਸਾਡੇ ਸਿੰਘਾਂ ਨੇ ਸਾਨੂੰ ਕੀ ਸੇਧ ਦਿੱਤੀ ਹੈ ਅਤੇ ਕਿਸ ਤਰ੍ਹਾਂ ਕੁਰਬਾਨੀਆਂ ਕੀਤੀਆਂ। ਜਥੇਬੰਦ ਹੋਣਾ ਔਰ ਨਾਮ ਬਾਣੀ ਨਾਲ ਪਰਉਪਕਾਰ ਕੁਰਬਾਨੀ ਨਾਲ ਜੁੜਨਾ, ਅਤੇ ਬਾਕੀ ਜਿਵੇਂ ਸਾਲ ਪਿੱਛੋਂ ਇਮਤਿਹਾਨ ਹੁੰਦਾ, ਫਿਰ ਉਹਦੇ ਪਰਚੇ ਵੀ ਪੈਂਦੇ ਆ, ਜਿਹੜਾ ਪ੍ਰੀਖਿਆ ਪਾਸ ਕਰਦਾ ਉਹਨੂੰ ਹੀ ਸੰਦ ਪ੍ਰਮਾਣ ਪੱਤਰ ਜਾਂ ਸਰਟੀਫਿਕੇਟ ਮਿਲਦਾ। ਇਹ ਸਾਲ ਅਸੀਂ ਪੜ੍ਹਾਈ ਕਰਦੇ ਹਾਂ, ਇਹਨਾਂ ਦਿਨਾਂ 'ਤੇ ਫਿਰ ਅਸੀਂ ਵੀ ਸਤਿਗੁਰੂ ਜੀ ਤੋਂ ਬਖਸ਼ਿਸ਼ ਰੂਪੀ ਪ੍ਰਮਾਣ ਪੱਤਰ ਤਾਂ ਹੀ ਲਵਾਂਗੇ ਜੇ ਗੁਰੂ ਦੇ ਸਿਧਾਂਤਾਂ ਵਿੱਚ ਪੂਰਾ ਉਤਰਾਂਗੇ। ਉਹਦੇ ਵਾਸਤੇ ਗੁਰਬਾਣੀ ਸਾਡੇ ਕੋਲ ਪ੍ਰੀਖਣ ਅਤੇ ਨਿਰੀਖਣ ਕਰਨ ਦਾ ਸਾਧਨ ਆ। ਇਹਦੇ ਦੁਆਰਾ ਅਸੀਂ ਆਪਣੇ ਨੂੰ ਦੇਖ ਸਕਦੇ ਹਾਂ ਕਿੰਨੀ ਕੁ ਸਾਡੇ 'ਚ ਕਮਜ਼ੋਰੀ ਹੈ, ਕਿੰਨਾ ਕੁ ਅਸੀਂ ਗੁਰਮਤ ਨਾਲ ਜੁੜੇ ਹਾਂ। ਜਿੱਥੇ ਕਮਜ਼ੋਰੀ ਉਹ ਛੱਡ ਦਿਓ, ਅਤੇ ਜਿੱਥੇ ਕੋਈ ਗੁਰੂ ਦੀ ਗੁਰਮਤ ਨਾਲ ਜੁੜੇ ਹਾਂ, ਮਹਾਰਾਜ ਦਾ ਧੰਨਵਾਦ ਕਰੋ ਕਿ ਤੁਹਾਡੀ ਬਖਸ਼ਿਸ਼ ਹੈ, ਕਿ ਸਾਨੂੰ ਆਪਣਾ ਪਿਆਰ ਬਖਸ਼ ਦਿਓ, ਆਪਣੀ ਸਿੱਖੀ ਸਿਧਾਂਤ ਦਿੰਦੇ ਹੋ। ਸੋ ਇਸ ਕਰਕੇ ਇਹ ਜਿਹੜੇ ਪਵਿੱਤਰ ਗੁਰਪੁਰਬ ਆ, ਇਹ ਤਾਂ ਹੀ ਭਾਈ ਗੁਰਦਾਸ ਨੇ ਕਿਹਾ ਕੁਰਬਾਣੀ ਤਿੰਨਾਂ ਗੁਰਸਿੱਖਾਂ ਪਾਏ ਪਰ ਗੁਰਪੁਰਬ ਕਹਿੰਦੇ, ਉਹਨਾਂ ਸਿੱਖਾਂ ਤੋਂ ਕੁਰਬਾਨ ਜਾਂਦੇ ਹਾਂ ਜਿਹੜੇ ਗੁਰੂਆਂ ਦੇ ਗੁਰਪੁਰਬ ਔਰ ਗੁਰਤਾ ਗੱਦੀ ਪੁਰਬ, ਮੀਰੀ ਪੀਰੀ ਦੇ ਪੁਰਬ, ਪਹਿਲਾ ਪ੍ਰਕਾਸ਼ ਜਾਂ ਗੁਰਤਾ ਗੱਦੀ ਜੋਤੀ ਜੋਤ ਸਮਾਉਣ ਦੇ, ਜਾਂ ਸ਼ਹੀਦਾਂ ਦੇ ਜੋੜ ਮੇਲੇ, ਮਹਾਂਪੁਰਖਾਂ ਦੀਆਂ ਵਰਸੀਆਂ, ਇਹ ਮਨਾਉਣੀਆਂ ਗੁਰਮਤ ਵਿੱਚ ਚੱਲ ਰਿਹਾ। ਅਤੇ ਹੁਣ ਤਾਂ 500 ਸਾਲਾਂ, 400 ਸਾਲਾਂ, 300 ਸਾਲੇ ਵੀ ਮਹਾਰਾਜ ਨੇ ਕਿਰਪਾ ਕੀਤੀ ਹੈ, ਇਹ ਜਾਗਰਤੀ ਆਈ ਹੈ। ਸੋ ਅੱਜ ਤੁਸੀਂ ਸਾਰੇ ਹੀ ਵਡਭਾਗੇ ਹੋ ਕਿ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ 6ਵੇਂ ਪਾਤਸ਼ਾਹ ਜੀ ਦਾ ਬੰਦੀ ਛੋੜ ਦਿਵਸ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ, ਅਤੇ 84 ਦੇ ਘੱਲੂਘਾਰੇ ਵਿੱਚ ਤੁਹਾਨੂੰ ਬਹੁਤਿਆਂ ਨੂੰ ਸਿੱਖੀ ਮਿਲੀ ਆ, ਅਤੇ ਪਰਪੱਕਤਾ, ਅਤੇ ਕਈਆਂ 'ਚ ਹਾਲੇ ਵੀ ਕੁਝ ਕਮਜ਼ੋਰੀ ਹੈ, ਉਹਨਾਂ ਨੂੰ ਇਹਨਾਂ ਦਿਨਾਂ ਦੇ ਉੱਤੇ ਹੀ ਇਹ ਸਿੱਖੀ ਅਸੂਲ ਗ੍ਰਹਿਣ ਕਰਨੇ ਚਾਹੀਦੇ। ਕੱਲ੍ਹ ਵੀ ਵਿਆਖਿਆ 'ਚ ਮੈਂ ਬੇਨਤੀ ਕੀਤੀ ਸੀ ਕਿ 543 ਸਾਲ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅਵਤਾਰ ਧਾਰਿਆਂ ਹੋਏ ਹੈ, ਅਤੇ ਹਾਲੇ ਤੱਕ ਸਾਰੀ ਕੌਮ ਜਟਾ ਜੂਟ ਨਹੀਂ ਹੋ ਸਕੀ। ਅੰਮ੍ਰਿਤਧਾਰੀ ਹੋਣਾ, ਕਕਾਰਾਂ 'ਚ ਪਰਪੱਕੇ ਹੋਣਾ, ਰਹਿਤ ਮਰਜ਼ਾਦਾ 'ਚ ਨਿਤਨੇਮੀ ਪ੍ਰੇਮੀ, ਬੱਜਰ ਕਰਿਆਤਾਂ ਤੋਂ ਰਹਿਤ ਹੋਣਾ, ਜਾਂ ਹੋਰ ਸਿਧਾਂਤ ਜਿੰਨੇ ਵੀ ਹੈ, ਉਹ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ। ਗੁਰੂ ਦੀ ਕਿਰਪਾ ਹੋਵੇ ਉਹ 'ਚ ਪੂਰੇ ਉਤਰਿਆ ਜਾਂਦਾ, ਅਤੇ ਸਿਰਫ ਜਟਾ ਜੂਟ। ਅਤੇ ਜਿਹੜੇ ਰੋਮਾਂ ਦੀ ਬੇਅਦਬੀ ਕਰਦੇ ਆ, ਉਹ ਇਹ ਬੇਨਤੀ ਜ਼ਰੂਰ ਪ੍ਰਵਾਨ ਕਰ ਲਓ। ਇੱਕ ਪਾਸੇ ਦੇਖੋ ਪੱਗਾਂ ਦੇ ਤੁਸੀਂ ਝਗੜੇ ਚੱਲਦੇ ਆ, ਅਤੇ ਜਦੋਂ ਕੇਸ ਦਾੜੀ ਦਸਤਾਰਾਂ ਆਪੇ ਹੀ ਛੱਡੀ ਜਾਂਦੇ ਹਾਂ, ਅਤੇ ਫਿਰ ਤੁਹਾਡੀ ਪੱਗ ਦੇ ਨਾਲ ਖੜੇਗਾ ਕੌਣ? ਗੱਜ ਕੇ ਬੋਲੋ, ਪਹਿਲਾਂ ਤਾਂ ਆਪ ਖੜਨਾ ਪਊਗਾ ਸਿਧਾਂਤ ਨਾਲ, ਫਿਰ ਤਾਂ ਦੂਏ ਨੂੰ ਵੀ ਮੁੜਨਾ ਪਊਗਾ। ਸਿੱਖ ਨੂੰ 3 ਚੀਜ਼ਾਂ ਦਿੱਤੀਆਂ, ਦਸਤਾਰ, ਗੁਫਤਾਰ ਅਤੇ ਰਫਤਾਰ। ਉਹਨੂੰ ਦਸਤਾਰ ਦਿੱਤੀ ਹੈ ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਪੰਨ ਗਵਾਈ। ਸਾਬਤ ਸੂਰਤ ਰੱਬ ਦੀ ਪੰਨੈ ਬੇਈਮਾਨ, ਦਰਗਹਿ ਢੋਈ ਨਾ ਮਿਲੇ ਕਾਫਰ ਕੁੱਤਾ ਸ਼ਤ। ਇਹ ਹੁਣ ਮੇਰਾ ਤਾਂ ਲਿਖਿਆ ਨਹੀਂ, ਮੈਂ ਤਾਂ ਪੜ੍ਹ ਕੇ ਸੁਣਾਉਣਾ ਜੋ ਲਿਖਿਆ। ਸੋ ਇਸ ਕਰਕੇ ਗੁਫਤਾਰ ਸਿੱਖ ਦੀ ਬੋਲਬਾਣੀ ਅਤੇ ਰਫਤਾਰ ਉਹਦੀ ਚਾਲ, ਇਹ 3 ਚੀਜ਼ਾਂ ਤੋਂ ਹੀ ਪਰਖ ਹੁੰਦੀ ਹੈ, ਅਤੇ ਸਿਧਾਂਤਾਂ ਦੇ ਨਾਲ ਹੀ ਸਿੱਖੀ ਹੈ। ਜੇ ਸਿਧਾਂਤ ਛੱਡਾਂਗੇ ਤਾਂ ਸਿੱਖੀ ਕਿੱਥੇ ਰਹੇਗੀ? ਅਤੇ ਜੇ ਤੁਸੀਂ ਸਿੱਖਿਆ ਤਾਂ ਸਿੱਖੀ ਨਾਲ ਹੀ ਸਿੱਖਿਆ, ਜਦੋਂ ਸਿੱਖੀ ਨਾ ਰਹੀ ਤਾਂ ਸਿੱਖ ਕਾਹਦਾ ਰਿਹਾ? ਸਿੱਖੀ ਨਾਲ ਹੀ ਸਿੱਖਿਆ, ਅਤੇ ਸਿੱਖ ਨੂੰ ਸਿੱਖੀ ਪਿਆਰੀ ਸੀ ਅਤੇ ਉਹ ਬੰਦ ਬੰਦ ਕਟਾ ਲਿਆ। ਮਤੀ ਦਾਸ ਨੇ ਆਰੇ ਫਰਾ ਲਿਆ, ਦਿਆਲਾ ਆਲੂ ਮੰਗ ਦੇਗ ਚ ਉਬਲ ਗਿਆ।
ਹਾਂ ਜੀ, ਤਾਰੂ ਸਿੰਘ ਖੋਪਰੀਆਂ ਲਾ ਲਈਆਂ, ਬੰਦੇ ਬਾਦ ਜਬੂਰਾਂ ਨਾ ਮਾਸ, ਪੁੱਤਾਂ ਦੇ ਕਾਲਜੇ ਮੂੰਹ 'ਚ ਤੁੰਨੇ ਗਏ, ਆਂਦਰਾਂ ਵੱਡ ਵੱਡ ਗਲ 'ਚ ਪਾਈਆਂ। ਸਿੱਖੀ ਸਿਧਾਂਤ ਰੱਖਣ ਲਈ ਇਹ ਸਾਰਾ ਕੁਛ ਉਹਨਾਂ ਲੋਕਾਂ ਨੇ ਕੀਤਾ, ਅਤੇ ਸਾਨੂੰ ਰੱਬ ਨੇ ਕਿੰਨੇ ਸੁੱਖ ਦਿੱਤੇ, ਕਿੰਨੇ ਆਰਾਮ ਦਿੱਤੇ। ਫਿਰ ਇਹਨਾਂ ਦੇਸਾਂ 'ਚ ਤਾਂ ਹੋਰ ਵੀ ਕਾਫੀ ਸਾਧਨ ਆ, ਅਤੇ ਜੇ ਇੰਨੇ ਸੁੱਖਾਂ ਵਿੱਚ ਵੀ ਅਸੀਂ ਗੁਰੂ ਮਹਾਰਾਜ ਨੂੰ ਭੁੱਲ ਜਾਈਏ, ਇਹ ਠੀਕ ਹੈ। ਚੰਗੀਆਂ ਕੋਠੀਆਂ, ਕਾਰਾਂ ਜਾਂ ਹੋਰ ਸੁੱਖ ਸਾਧਨ ਅੱਜ ਸਾਇੰਸ ਦਾ ਯੁੱਗ, ਮੈਂ ਨਹੀਂ ਕਹਿੰਦਾ ਨਾ ਹੋਣ, ਪਰ ਨਾਲ ਨਾਲ ਇਹਨਾਂ ਚੀਜ਼ਾਂ 'ਤੇ ਸਿੱਖੀ ਵੀ ਕਾਇਮ ਰਹਿਣੀ ਚਾਹੀਦੀ ਹੈ। ਜੇ ਇਹ ਸਾਰਾ ਕੁਝ ਹੈ, ਸਿੱਖੀ ਨਹੀਂ ਸਾਡੇ ਕੋਲ, ਤਾਂ ਫਿਰ ਤਾਂ ਕੁਛ ਵੀ ਨਹੀਂ। ਮਹਾਰਾਜ ਕਹਿੰਦੇ ਬਸੰਤ ਸਵਰਗ ਲੋਕ ਹੈ, ਜਿੱਤੇ ਪ੍ਰਿਥਵੀ ਨਵ ਖੰਡਣ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਪਰਮਣ, ਕੌਤਕ ਕੋਟ ਤਮਾਸਿਆ ਚੇਤਨਾਵ ਸੁਨਾਓ, ਨਾਨਕ ਕੋੜੀ ਨਰਕ ਬਰਾਬਰੀ ਉਜੜ ਸੋਈ ਥਾਓ, ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾਂ ਫਿਰ ਪਛਤਾਨਿਆ, ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਜਿਹਨਾਂ ਨੂੰ ਪੂਰਾ ਗੁਰੂ ਨਹੀਂ ਮਿਲਦਾ, ਉਹਦੇ ਚੇਲੇ ਚਾਰਡੇ ਸ਼ੈਤਾਨਤ ਭੂਤਨਿਆਂ ਵਾਂਗ ਘੁੰਮਦੇ ਫਿਰਦੇ। ਪੂਰੇ ਗੁਰੂ ਦੀ ਸ਼ਰਨ ਆਵਾਂਗੇ, ਇਹ ਸ਼ੈਤਾਨ ਮਨ ਤਾਂ ਹੀ ਕਾਬੂ ਆਵੇਗਾ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਉਵੇਂ ਤਾਂ ਬਸ ਆਉਣਾ ਨਹੀਂ। ਇਸ ਵਾਸਤੇ ਆਹ ਜਿਹੜਾ ਸ਼ਬਦ ਆ, ਇਹਨੂੰ ਪ੍ਰਬੰਧਕ ਕਮੇਟੀਆਂ ਵਾਲੇ ਵੀ ਸੁਣ ਲਓ, ਛਪਾ ਕੇ ਸੰਗਤ ਵਿੱਚ ਵੰਡੋ। ਇਹ 'ਚ ਸਿੱਖ ਦੀ ਪੂਰੀ ਪਰਿਭਾਸ਼ਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠਰ ਨਾਮ ਧਿਆ। ਇਹ ਸ਼ਬਦ ਜਿਹੜਾ ਹਰ ਸਿੱਖ ਦੇ ਘਰ ਵਿੱਚ ਸ਼ੀਸ਼ੇ 'ਚ ਜੜਾ ਕੇ ਲਾਉਣਾ ਚਾਹੀਦਾ, ਅੰਦਰ ਜਾਓ ਬਾਹਰ ਆਵੋ। ਜਦੋਂ ਇਹਨੂੰ ਪੜ੍ਹੋਗੇ ਤੁਹਾਡੇ 'ਤੇ ਇਹਦਾ ਅਸਰ ਪਊਗਾ, ਤੁਸੀਂ ਸਿੱਖੀ ਦੇ ਧੁਰੇ ਨਾਲ ਜੁੜੇ ਰਹੋਗੇ। ਅਤੇ ਅੱਜ ਹੁਣ ਜਦੋਂ ਅਸੀਂ ਟੈਲੀਵਿਜ਼ਨ, ਮੈਂ ਇਹ ਨਹੀਂ ਕਹਿੰਦਾ ਵਿਗਿਆਨ ਦਾ ਯੁੱਗ ਹੈ, 'ਚ ਬਹੁਤ ਚੰਗੀਆਂ ਚੀਜ਼ਾਂ ਵੀ ਆਉਣੀਆਂ, ਪਰ ਕਾਫੀ ਕੂੜ ਕਵਾੜਾ ਵੀ ਹੈ, ਗੰਦੇ ਗੀਤ ਹੈ ਅਤੇ ਗੰਦੇ ਦ੍ਰਿਸ਼ ਹੈ। ਔਰ ਕਿਸ ਤਰ੍ਹਾਂ ਸਾਧ ਸੰਗਤ ਜੀ ਬੀਬੀਆਂ ਦੇ ਅਰਧ ਨਗਨ ਚਿੱਤਰ ਆ, ਉਹਨਾਂ ਨੂੰ ਦੇਖ ਕੇ ਇਨਸਾਨ ਦਾ ਮਨ, ਅਤੇ ਇਸੇ ਤਰ੍ਹਾਂ ਹੋਰ ਵਿਚਾਰਾਂ ਜਿਹੜੀਆਂ ਹੈ, ਇਹ ਗਲਤ ਅਸਰ ਪੈਂਦਾ, ਅਤੇ ਨੌਜਵਾਨ ਬੱਚੇ ਜਿਹੜੇ ਆ, ਇਹਨਾਂ ਦੀਆਂ ਜ਼ਿੰਦਗੀਆਂ ਜਤ ਸਤ ਔਰ ਆਚਾਰ ਵਿਚਾਰ ਤੋਂ ਡਿੱਗ ਰਹੇ ਹੈ। ਉਹਨਾਂ ਹਾਲਤਾਂ ਦਾ ਤੁਹਾਨੂੰ ਹਰ ਇੱਕ ਪਰਿਵਾਰ ਨੂੰ ਸਾਹਮਣਾ ਵੀ ਕਰਨਾ ਮੌਜੂਦਾ ਸਮੇਂ 'ਚ ਪੈਂਦਾ ਜਾ ਰਿਹਾ, ਅਤੇ ਜੇ ਅਸੀਂ ਇਹਨਾਂ ਦੇ ਅੰਦਰ ਗੁਰੂ ਕੀ ਬਾਣੀ ਔਰ ਬਾਣੀ ਦਾ ਸਿਧਾਂਤ, ਗੁਰੂ ਕਾ ਇਤਿਹਾਸ, ਹੁਣ ਅੱਜ ਤੁਸੀਂ ਦੇਖੋ ਮੈਗਜ਼ੀਨ ਤੁਹਾਡੇ ਘਰਾਂ 'ਚ ਕਈ ਤਰ੍ਹਾਂ ਦੇ ਹੋਣਗੇ, ਪਰ ਜੇ ਕਹੀਏ ਭਾਈ ਮਨੀ ਸਿੰਘ ਦੇ ਜੀਵਨ ਦੀ ਪੋਥੀ ਹੈ, ਭਾਈ ਤਾਰੂ ਸਿੰਘ ਦਾ ਇਤਿਹਾਸ ਹੈ, ਮਤੀ ਦਾ ਸਤੀ ਦਾਸ ਦੇ ਇਤਿਹਾਸ ਦੀ ਕੋਈ ਪੋਥੀ ਹੈ, ਬਾਬਾ ਦੀਪ ਸਿੰਘ ਦੇ ਇਤਿਹਾਸ ਦੀ ਕੋਈ ਪੋਥੀ ਹੈ, ਬੰਦੇ ਬਾਦ ਇਤਿਹਾਸ ਦੀ ਪੋਥੀ, ਉਹ ਨਹੀਂ ਮਿਲੂਗੀ। ਆਸ਼ਕੀ ਮਸ਼ੂਕੀ ਦੇ ਰਸਾਲੇ ਮਿਲਣਗੇ, ਅਤੇ ਸਿੱਖੀ ਕਿੱਥੇ ਰਹੇਗੀ? ਅਤੇ ਫੋਟੋਆਂ ਘਰਾਂ ਵਿੱਚ ਇਸ ਤਰ੍ਹਾਂ ਦੀਆਂ, ਐਕਟਰ ਐਕਟਰਸਾਂ ਦੀਆਂ ਲਾਉਂਦੇ ਹਾਂ, ਤਾਂ ਉੱਥੇ ਪ੍ਰਭਾਵ ਕਿਸ ਤਰ੍ਹਾਂ ਦਾ ਬਣੇਗਾ? ਸਰੋਤ ਵੀ ਵਿਗੜ ਗਈ, ਦ੍ਰਿਸ਼ਟੀ ਵੀ ਵਿਗੜ ਗਈ, ਬੋਲਚਾਲ ਵੀ। ਫਿਰ ਮਾਈਆਂ ਦੇ ਵਿੱਚੋਂ ਲੈ ਲਓ, ਬੇਬੇ ਨਾਨਕੀ ਦਾ ਜੀਵਨ, ਬੀਬੀ ਭਾਨੀ ਦਾ ਜੀਵਨ ਹੈ, ਅਤੇ ਮਾਤਾ ਗੁਜਰ ਕੌਰ ਦਾ ਜੀਵਨ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਦੇਵਾਂ ਦਾ ਕੌਰ ਜੀ ਦਾ ਜੀਵਨ, ਔਰ ਰੰਗ ਕੌਰ, ਰਾਜ ਕੌਰ, ਰੂਪ ਕੌਰ, ਬੀਬੀ ਸ਼ਰਨ ਕੌਰ, ਕਿਤੇ ਮਿਲਦੀ ਆ ਪੋਥੀ? ਅਤੇ ਜੇ ਬੀਬੀਆਂ ਵੀ ਇਹ ਚੀਜ਼ਾਂ ਪੜ੍ਹਨ, ਉਹਨਾਂ 'ਚ ਵੀ ਫੈਸ਼ਨ ਪ੍ਰਸਤੀ ਦੂਰ ਹੋ ਜਾਏ, ਸਿਧਾਂਤ ਨਾਲ ਜੁੜ ਜਾਣ। ਸੋ ਇਸ ਕਰਕੇ ਗੁਰਮੁਖ ਪਿਆਰੇ ਹੋ, ਹੁਣ ਤੰਦ ਟੁੱਟਣ ਵਾਲੀ ਗੱਲ ਤਾਂ ਹੈ ਨਹੀਂ, ਤਾਣੀਆਂ ਟੁੱਟੀਆਂ। ਅਤੇ ਸਾਡੇ ਹੁਣ ਸਿੱਖਾਂ 'ਚ ਵਿਦਵਾਨਾਂ ਦੀ ਵੀ ਬੜੀ ਕਮੀ ਪੈਂਦੀ ਜਾ ਰਹੀ ਹੈ। ਆਹ ਜਿਹੜੇ ਨਵੇਂ ਨਵੇਂ ਉੱਠਦੇ ਆ, ਇਹ ਹਰ ਗੱਲ ਦਾ ਖੰਡਨ ਮੰਡਨ ਕਰੀ ਜਾਂਦੇ ਆ, ਕੋਈ ਸ਼ਰਧਾ ਭਗਤੀ ਪ੍ਰੇਮ 'ਤੇ ਜਗਾਉਂਦੇ ਨਹੀਂ ਹੈ। ਔਰ ਇੰਨਾ ਕਿੰਤੂ ਪਰੰਤੂ ਵੱਧ ਗਿਆ ਕਿ ਗਾਹਾਂ ਕੋਈ ਗੁਰੂ ਘਰਾਂ ਨੂੰ ਸੰਗਤ ਟੁੱਟਦੀ ਜਾ ਰਹੀ ਹੈ, ਸਿਧਾਂਤ ਨੂੰ ਟੁੱਟਦੀ ਜਾ ਰਹੀ, ਕਿਉਂਕਿ ਕਥਾ ਵਾਰਤਾ ਹੋਵੇ ਜਿਹਦੇ ਨਾਲ ਸ਼ਰਧਾ ਜਾਗੇ, ਪਿਆਰ ਜਾਗੇ, ਭਗਤੀ ਜਾਗੇ, ਕੋਈ ਪਰਮਾਰਥੀ ਸੇਧ ਮਿਲੇ, ਹਰ ਗੱਲ ਦਾ ਹੀ ਖੰਡਨ ਕਰੀ ਜਾਣਾ। ਹੁਣ ਦਰੱਖਤ ਦੀਆਂ ਸਾਰੀਆਂ ਟਾਹਣੀਆਂ ਛਾਂਗੀ ਚਲੋਂਗੇ, ਛਾਂ ਕਾਹਦੇ ਨਾਲ ਰਹੂਗੀ, ਫੁੱਲ ਕਾਹਦੇ ਨਾਲ ਰਹੂਗਾ, ਫਲ ਕਾਹਦੇ ਨਾਲ ਰਹੂਗਾ, ਦਰੱਖਤ ਇੱਕ ਠੂਠ ਹੋ ਜਾਏਗਾ। ਖੰਡਨ ਕਰਨਾ ਨਸ਼ਿਆਂ ਦਾ ਕਰੋ, ਖੰਡਨ ਕਰਨਾ ਫੈਸ਼ਨਾਂ ਦਾ ਕਰੋ, ਖੰਡਨ ਕਰਨਾ
ਦੁਰਾਚਾਰ ਦਾ ਕਰੋ, ਖੰਡਨ ਕਰਨਾ ਕੰਨਿਆਂ ਨੂੰ ਮਾਰਦੇ ਕਰੋ, ਖੰਡਨ ਕਰਨਾ ਨਸ਼ਿਆਂ ਦਾ ਕਰੋ, ਖੰਡਨ ਕਰਨਾ ਬੁਰੀਆਂ ਆਦਤਾਂ ਦਾ ਕਰੋ। ਅਸੀਂ ਕਈ ਵਾਰੀ ਗੁਰਬਾਣੀ ਉੱਤੇ ਵੀ ਆਲੋਚਨਾ, ਗੁਰੂ ਦੇ ਇਤਿਹਾਸ ਉੱਤੇ ਵੀ, ਅਤੇ ਜਿਨ੍ਹਾਂ ਨੇ ਬਾਣੀ ਦਾ ਸੰਦੇਸ਼ ਦੇਣਾ ਉਹਨਾਂ ਗੁਰਮੁਖਾਂ 'ਤੇ ਵੀ ਕਿੰਤੂ ਪਰੰਤੂ ਕਰੀ ਜਾਂਦੇ ਹਾਂ। ਅਤੇ ਫਿਰ ਹੁਣ ਤੁਸੀਂ ਦੱਸੋ ਕਿਸ ਤਰ੍ਹਾਂ ਹੋਏਗਾ? ਵਾਤਾਵਰਨ ਨੂੰ ਦੂਸ਼ਿਤ ਬਣਾਈ ਜਾਣਾ ਕੋਈ ਚੰਗਾ ਨਹੀਂ, ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣਾ ਇਸੇ ਤਰ੍ਹਾਂ ਹੀ ਆ। ਸੰਗਤਾਂ ਦੇ ਵਿੱਚ ਪਿਆਰ ਜਗਾਓ, ਸ਼ਰਧਾ, ਜਿੱਥੇ ਦੋ ਬਹਿ ਜਾਂਦੇ ਆ ਇੱਕ ਦੂਆ ਇੱਕ ਦੂ ਦੀ ਆਲੋਚਨਾ ਕਰਦਾ, ਜਿਹੜੇ ਨਵੇਂ ਬੱਚੇ ਤੁਹਾਡੇ ਕੋਲ ਬਹਿੰਦੇ ਨਿਸ਼ਰਧਕ ਹੋ ਜਾਂਦੇ, ਇਹ ਭਾਈ ਆਪ ਲੜਦੇ ਸਾਨੂੰ ਸਿੱਖਿਆ ਕੀ ਦੇਣਗੇ? ਇਹਨਾਂ ਗੱਲਾਂ ਦਾ ਬੜਾ ਭਾਰੀ ਗਲਤ ਅਸਰ ਪੈ ਰਿਹਾ, ਕਿਉਂਕਿ ਅਸੀਂ ਸੰਸਾਰ 'ਤੇ ਵਿਚਰਦੇ ਹਾਂ, ਸਾਨੂੰ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ। ਸੋ ਇਸ ਕਰਕੇ ਗੁਰਮੁਖ ਪਿਆਰੂ ਆਪਣੇ ਫਰਜ਼ਾਂ ਨੂੰ ਮੁੱਖ ਰੱਖ ਕੇ ਪਰਸੋਂ ਵੀ, ਕੱਲ੍ਹ ਵੀ, ਅੱਜ ਵੀ ਬੇਨਤੀਆਂ ਕਰਦਾ ਕਿ ਆਪਾਂ ਜਥੇਬੰਦਕ ਜੋ ਢਾਂਚਾ ਹੈ ਉਸ ਨੂੰ ਕਾਇਮ ਕਰੀਏ। ਇੱਕ ਦੂਆ ਇੱਕ ਦੂਏ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਨਾ ਕਰੋ, ਸਾਰੇ ਰਲ ਮਿਲ ਕੇ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੈ ਬਾਹਰਾ ਜੂ, ਏਕ ਪਿਤਾ ਏਕ ਸਕੇ ਹਮ ਬਾਰਗ, ਤੂੰ ਮੇਰਾ ਗੁਰਹਾਈ। ਹੈਂਜੀ, ਪੁਰਾਣਾ ਸਿੰਘਾਂ ਦਾ ਇਹ ਸੀ, ਉਹ ਗੁਰਮਤਾ ਕਰਦੇ ਸੀ, ਗੁਰਮਤਾ ਕਰਕੇ ਵਿਚਾਰ ਕਰਦੇ ਸਨ, ਉਹਦੇ ਦਰ ਤੁਰਦੇ ਸੀ, ਸਰਬੱਤ ਖਾਲਸਾ ਬੁਲਾਉਂਦੇ ਸਨ। ਸੋ ਇਹ ਜਿਹੜੀਆਂ ਜਿੰਨੀਆਂ ਵੀ ਵਲੈਤ ਵਿੱਚ ਜਥੇਬੰਦੀਆਂ ਆ, ਤੁਸੀਂ ਵੀ ਰਲ ਮਿਲ ਕੇ ਭਾਈ ਚਲੋ, ਅਸੀਂ ਉੱਥੇ ਵੀ ਬੇਨਤੀਆਂ ਕਰਦੇ ਰਹੀਦਾ। ਹੁਣ ਮੰਨਣਾ ਨਾ ਮੰਨਣਾ, ਅੱਜ ਦਾ ਯੁੱਗ ਇਸ ਤਰ੍ਹਾਂ ਦਾ ਆ, ਅਤੇ ਅਸੀਂ ਆਪਣੇ ਫਰਜ਼ ਦੁਆਰਾ ਜ਼ਰੂਰ ਬੇਨਤੀ ਕਰੀਦੀ ਹੈ, ਲੀਡਰਾਂ ਨੂੰ ਵੀ, ਧਾਰਮਿਕ ਨੇਤਾ ਨੂੰ ਵੀ, ਅਤੇ ਦੂਸਰੇ ਤੀਸਰੇ ਸਭ ਨੂੰ, ਪ੍ਰਬੰਧਕਾਂ ਨੂੰ ਵੀ। ਸੋ ਇਸ ਵਾਸਤੇ ਅਤੇ ਅੱਜ ਜੋ ਬੜਾ ਭਾਰੀ ਇਤਿਹਾਸਕ ਇਹ ਦਿਵਸ ਹਨ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਮਨੀ ਸਿੰਘ ਜੀ ਸ਼ਹੀਦ, ਜਿਨ੍ਹਾਂ ਦੀ ਇਤਨੀ ਵੱਡੀ ਕੁਰਬਾਨੀ, ਇਤਨੀ ਵੱਡੀ ਦੇਣ, ਵਿੱਦਿਆ ਦੀਆਂ ਟਕਸਾਲਾਂ। ਅੱਜ ਇਹ ਸੰਪਰਦਾਇ ਟੀਕਾ ਮਿਲੂਗਾ, ਉਹ ਵੀ ਭਾਈ ਮਨੀ ਸਿੰਘ ਸਾਹਿਬ ਦੀ ਟਕਸਾਲ ਦਾ ਹੀ ਮਿਲੂਗਾ। ਸੰਤ ਬਾਬਾ ਕਿਰਪਾਲ ਸਿੰਘ ਜੀ ਸੱਤੂ ਵਾਲੀ ਗਲੀ ਕਿਰਪਾ ਕਰ ਗਏ, 10 ਜਲਦਾਂ ਦੇ ਵਿੱਚ ਸਾਰਾ ਸੰਪਰਦਾਇ ਟੀਕਾ। ਸੋ ਇਸ ਕਰਕੇ ਜਿੰਨੇ ਉਦਾਸੀ ਨਿਰਮਲੇ ਇਹ ਸੰਪਰਦਾ ਨੇ ਵਿਦਵਾਨ ਬਣਾਏ, ਭਾਈ ਸਾਹਿਬ, ਭਾਈ ਮਨੀ ਸਿੰਘ ਸਾਹਿਬ, ਵਾਜ ਭਾਈ ਅੰਮ੍ਰਿਤਸਰ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਦੀਪਮਾਲਾ ਦਾ ਗੁਰਪੁਰਬ ਮਨਾਇਆ ਜਾ ਰਿਹਾ, ਅਤੇ ਤੁਸੀਂ ਵੀ ਇੱਥੇ ਉਸੇ ਸਥਾਨ ਨੂੰ ਕੇਂਦਰਿਤ ਕਰਕੇ ਮਨਾ ਰਹੇ ਹੋ। ਅਤੇ ਜੇ ਬਾਣੀ ਵੱਧ ਤੋਂ ਵੱਧ ਪੜ੍ਹੋ, ਨਾਮ ਜਪੋਗੇ, ਤੁਹਾਡੀ ਹਾਜ਼ਰੀ ਅਤੇ ਗੁਰੂ ਮਹਾਰਾਜ ਨੂੰ ਸਾਖੀ ਜਾਣ ਕੇ 5ਵੇਂ 6ਵੇਂ ਨੂੰ ਦਰਬਾਰ ਸਾਹਿਬ ਦਾ ਧਿਆਨ ਇੱਥੇ ਬਹਿ ਕੇ ਕਰੋਗੇ, ਜੋਤ ਇੱਕੋ ਹੀ ਹਾਜ਼ਰੀ ਲੱਗੂਗੀ। ਇਹ ਨਹੀਂ ਕਿ ਦੀਵਾਲੀ ਨੂੰ ਬੋਤਲਾਂ ਪੀਓ ਤਾਂ ਜਾਂ ਜੂਏ ਖੇਲੋ ਜਾਂ ਹੋਰ ਕੋਈ ਕ੍ਰਿਤੀ ਕਰੋ ਜਾਂ ਮੰਤਰੀਆਂ ਤੰਤਰੀਆਂ ਜੰਤਰ ਤਾਗੇ ਤਵੀਤ ਸਿੱਧ ਕਰਦੇ ਫਿਰੋ ਟੂਣੇ ਟਾਮਣੇ। ਇਹ ਜਿਹੜੀਆਂ ਚੀਜ਼ਾਂ ਇਹ ਤਾਂ ਗੁਰਮਤ ਦੇ ਵਿੱਚ ਬਵਰਜਤ ਹਨ, ਕਿਉਂਕਿ ਮਹਾਰਾਜ ਕਹਿੰਦੇ ਤੰਤ ਮੰਤ ਨਾ ਜੋਹੀ ਤੇ ਚਾਖ ਨਾ ਲੱਗੇ। ਜਿਹੜਾ ਗੁਰਬਾਣੀ ਦਾ ਆਸਰਾ ਲੈਂਦਾ ਉਹਦੇ ਨੂੰ ਵੱਡੀ ਚੀਜ਼ ਕਿਹੜੀ ਹੈ? ਹੈਂ, ਕਿਉਂਕਿ ਸਤਨਾਮ ਜਿਹੜਾ ਮੰਤਰ ਆ, ਵਾਹਿਗੁਰੂ ਜਿਹੜਾ ਆ, ਇਹ ਭਾਈ ਇੱਕ ਯੰਤਰ ਆ, ਅਤੇ ਜਿਹੜਾ ਖੰਡਾ ਵਾਟਾ ਆ ਇੱਕ ਤੰਤਰ ਆ। ਸਾਰੀਆਂ ਚੀਜ਼ਾਂ ਹੀ ਮਹਾਰਾਜ ਨੇ ਯੰਤਰ ਮੰਤਰ ਤੰਤਰ ਇਕੱਠੇ ਕਰ ਦਿੱਤੇ, ਇੱਕ ਖਾਲਸੇ ਨੂੰ ਹੋਰ ਵੀ ਦਿੱਤਾ, ਉਹਦਾ ਨਾਂ ਆ ਬਜੰਤਰ। ਜਿਹੜਾ ਵਿਗੜਿਆ ਤਿਗੜਿਆ ਉਵੇਂ ਸੁੱਧ ਨਾ ਆਵੇ ਨਾ, ਫਿਰ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ। ਕਿਉਂਕਿ ਜਿਹੜੇ ਮੂਰਖ ਲੋਕ ਆ, ਮੂਰਖ ਗੰਢ ਪਵੈ ਮੂੰਹ ਮਾਰ, ਉਹ ਗਿਆਨ ਨਾ ਨਹੀਂ ਸਮਝਦੇ, ਉਹ ਫਿਰ ਦੂਈ ਤਰ੍ਹਾਂ ਹੀ ਸਮਝਾਉਣੇ ਪੈਂਦੇ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਉਹਦੇ ਵਾਸਤੇ ਮਹਾਰਾਜ ਵੀ ਕਹਿ ਗਏ ਨਾ, ਚੂਕਾਰ ਹਮਾਂ ਹੀਲ ਤੇ ਦਰਗੁਜਸਤ, ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਦਸਤ। ਜਦੋਂ ਸਾਰੇ ਅਪਾਰ ਨਿਸਫਲ ਹੋ ਜਾਣ, ਤਾਂ ਫਿਰ ਭਾਈ ਇਹ ਵੀ ਖਾਲਸੇ ਨੂੰ ਬਖਸ਼ਿਸ਼ ਕਰੇ ਹੀ ਗਏ। ਸੋ ਇਸ ਵਾਸਤੇ ਆਪਸ ਵਿੱਚ ਨਾ ਖੰਡਾ ਖੜਕਾਈ ਜਾਇਓ, ਆਪਸ ਵਿੱਚ ਤਾਂ ਪਿਆਰ ਰੱਖਿਓ, ਪਰ ਜਿਹੜਾ ਦੁਸ਼ਟ ਜਰਵਾਣਾ ਹੈ, ਗੁਰੂ ਕਾ ਦਰੋਹੀ, ਗੁਰੂ ਕਾ ਨਿੰਦਕ ਹੈ, ਔਰ ਗੁਰੂ ਕੀ ਸਿੱਖੀ ਨੂੰ ਢਾਹ ਲਾਉਣ ਵਾਲਾ ਹੈ। ਸੋ ਇਸ ਕਰਕੇ ਇਹ ਜਿਹੜੀਆਂ ਵਿਚਾਰਾਂ ਹਨ, ਸੋ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਕਿਉਂਕਿ ਆ ਮਿਲਟਨ ਕੀਨ ਸਾਹਿਬਜ਼ਾਦਿਆਂ ਨਾਂ 'ਤੇ ਸਥਾਨ ਬਣਿਆ, ਅਤੇ ਉਹ ਸੰਗਤ ਵੱਲੋਂ ਸੀ ਕਿ ਉਦਘਾਟਨ ਵਾਸਤੇ। ਗੁਰੂ ਘਰ ਦਾ ਉਦਘਾਟਨ ਤਾਂ ਬੰਦਾ ਨਹੀਂ ਕਰ ਸਕਦਾ, ਪਰ ਸੰਗਤਾਂ ਦਾ ਹੁਕਮ ਹੀ ਵੱਡਾ ਹੁੰਦਾ, ਉਹ ਤਾਂ ਪੰਜਾਂ ਪਿਆਰਿਆਂ ਦੁਆਰਾ ਹੀ ਠੀਕ ਹੈ,
ਜੋ ਗੁਰੂ ਘਰ ਦੀ ਰਸਮ ਆ ਅਤੇ ਸੰਗਤ 'ਚ ਸ਼ਾਮਿਲ ਹੋਣਾ ਠੀਕ ਹੀ ਹੈ। ਸੋ ਇਸ ਵਾਸਤੇ ਆ ਬਹਾਨੇ ਨਾ ਅਸੀਂ ਤਾਂ ਛੁੱਟੀ ਮੰਗੀ ਸੀ ਅਤੇ ਐਤਕੀ ਦਿਨ ਦੋ ਚਾਰ ਹੀ ਹੈ, ਪਰ ਫਿਰ ਡਮੇਲੀ ਵਾਲੀ ਸੰਗਤ ਭਾਈ ਅਤੇ ਮਹਾਰਾਜ ਛੇਵੇਂ ਪਾਤਸ਼ਾਹ ਸੱਤਵੇਂ ਪਾਤਸ਼ਾਹ ਬਾਬਾ ਜਵਾਲਾ ਸਿੰਘ ਜੀ, ਬਾਬਾ ਦਲੀਪ ਸਿੰਘ ਜੀ, ਬਾਬਾ ਮਸਤ ਜੀ ਅਤੇ ਸੰਤ ਬਾਬਾ ਹਰਬੰਸ ਸਿੰਘ ਜੀ ਨੇ ਉੱਦਮ ਕਰਕੇ ਧੰਨ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਂ 'ਤੇ ਅਸਥਾਨ ਇੱਥੇ ਵੀ ਸਵਾਏਮਾਨ ਕੀਤਾ। ਗੁਰੂ ਮਹਾਰਾਜ ਦੇ ਸੋਹਣੇ ਪ੍ਰਕਾਸ਼ ਕਥਾ ਕੀਰਤਨ ਲੰਗਰ ਦੀ ਪਰੰਪਰਾ ਚਲਾਈ ਅਤੇ ਸਾਰੀ ਸੰਗਤ ਪਿਆਰ ਵਾਲੀ ਹੈ, ਇਲਾਕੇ ਦੀ ਵੀ ਹੈ ਅਤੇ ਜਾਣੂ ਹੈ ਅਤੇ ਇਸ ਕਰਕੇ ਸੰਗਤ ਦਾ ਬਹੁਤ ਪਿਆਰ ਸੀ ਅਤੇ ਕਾਸ਼ਿਸ਼ ਅਤੇ ਖਿੱਚ ਸੀ ਅਤੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਅਰਦਾਸ ਪ੍ਰਬੰਧਕਾਂ ਦਾ ਵੀ ਅਤੇ ਸੰਗਤ ਦਾ ਵੀ, ਸਾਰੇ ਸੇਵਾਦਾਰਾਂ ਦਾ, ਸਾਰੀਆਂ ਯੂਰਪ ਨਿਵਾਸੀ ਸੰਗਤਾਂ ਦਾ ਧੰਨਵਾਦ ਅਤੇ ਰਾਜ ਰੈਡੂ ਵਾਲਿਆਂ ਦਾ ਵੀ ਕਿ ਜਦੋਂ ਵੀ ਆਈਏ ਬਿਨਾਂ ਕਹੇ ਤਾਂ ਉਹ ਸੇਵਾ ਨਿਭਾਉਂਦੇ ਆ। ਕਈ ਵੀਰ ਦਾ ਕਹਿਣਾ ਸੁਣਨਾ ਪੈਂਦਾ ਅਤੇ ਕਈ ਮਾਇਆ ਦੇ ਕੇ ਕਰਾਉਂਦੇ ਆ ਅਤੇ ਆਪਣਾ ਤਾਂ ਪ੍ਰੇਮ ਹੀ ਆ। ਗੱਜ ਕੇ ਬੋਲੋ ਸੋ ਦੇ ਲਓ ਵੀ ਸੰਗਤ ਕਿੱਥੇ ਤੱਕ ਵਿਚਾਰ ਸੁਣ ਲੈਂਦੀ ਹੈ ਅਤੇ ਬੜਾ ਲਾਭ ਸੰਗਤ ਨੂੰ ਪ੍ਰਾਪਤ ਹੋ ਜਾਂਦਾ ਹੈ। ਸੋ ਇਸ ਕਰਕੇ ਸਾਰੇ ਸਰੋਤਿਆਂ ਦਾ ਜਿੱਥੇ ਵੀ ਕੋਈ ਬੈਠਾ ਅਤੇ ਇਹ ਰਾਜ ਰੈਡੂ ਵਾਲੇ ਦੇ ਸੇਵਾਦਾਰ ਜਿਹੜੇ ਹੈ ਅਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਭਾਈ ਮਹਾਰਾਜ ਦੇ ਚਰਨਾਂ 'ਚ ਆਨੰਦ ਸਾਹਿਬ, ਫਿਰ ਅਰਦਾਸ, ਕੜਾਹ ਪ੍ਰਸ਼ਾਦ ਅਤੇ ਅੱਜ ਭਾਈ ਕਈਆਂ ਦਾ ਹੁੰਦਾ ਵੀ ਜਲੇਬੀਆਂ ਵਗੈਰਾ ਵੀ ਖਾਣੀਆਂ ਅਤੇ ਮਠਿਆਈ ਵਗੈਰਾ, ਪਰ ਸ਼ੂਗਰ ਕਰਕੇ ਹੁਣ ਮਿੱਠੇ ਤੋਂ ਡਰਦੇ ਵੀ ਬਹੁਤ ਆ। ਅਸੀਂ ਵੀ ਆਹ ਲੰਗਰ ਲਾਉਂਦੇ ਰਹੀਦਾ ਅਤੇ ਲੂਣ ਵਾਲੀ ਚੀਜ਼ ਨੂੰ ਸੰਗਤ ਜ਼ਿਆਦਾ ਪੈਂਦੀ ਹੈ। ਲੂਣ ਵਾਲੇ ਚੌਲ ਹੋਣ, ਮਟਰ ਮੁਟਰ ਪਏ ਜਾਂ ਪਕੌੜੇ ਪਕਾੜੇ, ਕਿਉਂਕਿ ਸ਼ੂਗਰ ਬੜੀ ਪੈ ਗਈ ਹੈ ਅਤੇ ਦੂਜਾ ਬਲੱਡ ਪ੍ਰੈਸ਼ਰ ਅਤੇ ਹਾਰਟ ਦੀ ਬਿਮਾਰੀ ਬੜੀ ਵੱਧ ਗਈ ਹੈ। ਬਲੱਡ ਪ੍ਰੈਸ਼ਰ ਲੂਣ ਤੋਂ ਡਰਦੇ ਹੈ ਅਤੇ ਸ਼ੂਗਰ ਵਾਲੇ ਮਿੱਠੇ ਤੋਂ ਡਰਦੇ ਆ। ਅਤੇ ਆਪਾਂ ਫਿਰ ਰੱਖੀਦਾ ਉਹੋ ਜਿਹਾ ਹੀ ਵੀ ਸਾਰੇ ਭਾਈ ਲੰਗਰ ਸਮੁੱਚਾ ਹੀ ਸੰਗਤ ਨੂੰ ਲਾਭਦਾਈ ਹੋਵੇ। ਅਤੇ ਇਹ ਵੀ ਲੰਗਰ ਆ ਅਤੇ ਆ ਗੁਰੂ ਕੇ ਸ਼ਬਦ ਦਾ ਵੀ ਲੰਗਰ ਆ ਅਤੇ ਦੂਏ ਲੰਗਰ ਵੀ ਸ਼ਬਦ ਦੀ ਕਮਾਈ ਨਾਲ ਹੀ ਚੱਲਦੇ ਆ। ਸੋ ਮਹਾਰਾਜ ਭਾਈ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅਤੇ ਇੱਕ ਭਾਈ ਹੁਣ ਸਾਰਿਆਂ ਨੂੰ ਬੇਨਤੀ ਕਰਨੀ ਆ ਕਿ ਮਹਾਰਾਜ ਨੇ ਤਾਂ ਚੰਦੂ ਦੀ ਸਾਠ ਸੱਤੀ ਲਿਆਂਦੀ ਨਾ 40 ਦਿਨ ਉੱਥੇ ਬਹਿ ਕੇ ਅਤੇ ਰਾਜੇ ਛਡਾਏ। ਆਪਾਂ ਵੀ ਆਪਣੀ ਸਾਠ ਸੱਤੀ ਅਤੇ ਇਹ ਜਿਹੜਾ ਮਨ ਰੂਪੀ ਚੰਦੂ ਆ ਇਹਨੂੰ ਨਕੇਲ ਪਾਉਣੀ ਹੈ। ਇਹ ਵੀ ਬੜਾ ਭੈੜਾ ਪੁੱਠੇ ਕੰਮ ਹੀ ਕਰਾਉਂਦਾ ਹੈ। 40 ਦਿਨ ਸੰਗਤ ਨੇ ਜਾਪ ਕਰਨਾ। ਜਿਹੜੇ ਤਾਂ ਜਪਜੀ ਸਾਹਿਬ ਕਰ ਸਕਦੇ ਆ ਉਹ 10 ਜਪਜੀ ਰੋਜ਼ ਕਰਿਓ ਨਿਤਨਿਮ ਤੋਂ ਅਲੈਦਾ, ਅਤੇ ਜਿਹੜੇ ਸੁਖਮਣੀ ਸਾਹਿਬ ਕਰ ਸਕਦੇ ਆ ਉਹ 2 ਸੁਖਮਣੀ ਸਾਹਿਬ ਰੋਜ਼ ਕਰਿਓ, ਅਤੇ ਜਿਹੜੇ ਮੂਲ ਮੰਤਰ ਕਰ ਸਕਦੇ ਆ ਉਹ 108 ਮਣਕੇ ਵਾਲੀ ਮਾਲਾ, 6 ਮਾਲਾ ਮੂਲ ਮੰਤਰ ਦੀਆਂ ਕਰ ਲਿਓ, ਅਤੇ ਜਿਹੜੇ ਭਾਈ ਪਾਠ ਕਰ ਸਕਦੇ ਆ ਉਹ 25 ਪੱਤਰੇ ਪੱਕੇ ਉਹ ਪਾਠ ਕਰ ਲਿਓ, ਅਤੇ ਜੇ ਕੋਈ ਗੂਠਾ ਛਾਹ ਪਿਆ ਉਹ ਫਿਰ ਸਤਨਾਮ ਸ਼੍ਰੀ ਵਾਹਿਗੁਰੂ ਦੀ ਇਹਦੀਆਂ ਸੀ ਮਾਲਾ ਫੇਰ ਲਿਓ। ਇਹ 40 ਦਿਨ ਜਾਪ ਕਰਿਓ, ਇਹ ਗੁਰੂ ਨਾਨਕ ਸਾਹਿਬ ਦੇ ਘਰ 'ਚੋਂ ਤੁਹਾਨੂੰ ਗੁਰੂ ਦੇ ਸ਼ਬਦ ਦਾ ਪ੍ਰਸ਼ਾਦ ਆ, ਸ਼ਬਦ ਦਾ ਪ੍ਰਸ਼ਾਦ ਇਹ ਕਰਿਓ। ਅਤੇ ਫਿਰ ਦਿਵਾਲੀ ਮਨਾਈ, ਸ਼ਹੀਦੀ ਜੋੜ ਮੇਲੇ, ਬੰਦੀ ਛੋੜ ਦਿਨ ਮਨਾਏ, ਸਫਲ ਆ। ਇਹਨਾਂ ਸਤ ਸੰਤੋਖ ਵੀ, ਪਾਪ ਵੀ ਘਟਦੇ ਆ, ਪੁੰਨ ਵੱਧਦੇ ਆ, ਬਿਰਤੀ ਉੱਜਲ ਪਵਿੱਤਰ ਹੁੰਦੀ ਹੈ, ਘਰ 'ਚ ਸਤ ਸੰਤੋਖ ਬਰਕਤਾਂ ਹਰ ਤਰ੍ਹਾਂ ਆਉਂਦੀਆਂ। ਸੋ ਇਸ ਵਾਸਤੇ ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸਤਿਗੁਰਾਂ ਨੇ ਦੱਸੇ ਹੋਏ ਉਦੇਸ਼ ਹਨ ਉਹਨੂੰ ਪ੍ਰਵਾ ਸਕੀਏ ਔਰ ਜੀਵਨ ਸਫਲ ਬਣਾ ਸਕੀਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸਿੱਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਣਾਈਆਂ, ਸਭ ਦੋ ਤਾਂ ਗਾਓ ਹਰੀ ਕੇ ਰਾਮ ਜਿਨੀ ਵਸਾਇਆ,
ਕਹਿ ਨਾਨਕ ਨਾ ਦੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਰਾ ਰਹੁਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੂ ਸਭ ਸਾਰਣ ਅੰਗੀਕਾਰ ਕਰੇ ਤੇਰਾ ਕਰ ਸਭ ਸਵਾਰਣਾ ਹਰਦੀਵਾਨ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਦਰੋਂ ਘਰੋਂ ਵਰੋਂ ਸਹਾਏ ਹੋਏ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਪਾਤਸ਼ਾਹ ਜੀ ਇਹਨਾਂ ਨੇ ਪਾਤਸ਼ਾਹ ਜੀ ਤਿੰਨ ਰੋਜ਼ਾਂ ਤੋਂ ਆਪ ਜੀ ਦੇ ਪਵਿੱਤਰ ਦਰ ਦੀਆਂ ਹਾਜ਼ਰੀਆਂ ਭਰਿਆ ਹੋਇਆ ਪਾਤਸ਼ਾਹ ਜੀ ਉਹ ਸੰਗਤਾਂ ਨੂੰ ਗੁਰਮੁਖ ਉਪਦੇਸ਼ਾਂ ਦੁਆਰਾ ਨਿਹਾਲ ਕੀਤਾ ਜੀ ਆਪ ਜੀ ਨੇ ਰਹਿਮਤ ਕਰਨੀ ਪਾਤਸ਼ਾਹ ਜੀ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਆਪਣੇ ਚਰਨਾਂ ਕੁਣਾਂ ਦਾ ਪਿਆਰ ਬਖਸ਼ ਕੇ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜਨ ਦਾ ਬਲ ਉਦਮ ਸਮਰੱਥਾ ਬਖਸ਼ਿਸ਼ ਕਰਨੀ ਸਰੀਰਕ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ ਪਾਤਸ਼ਾਹ ਜੀ ਓ ਦੇਹ ਸੇਵਾ ਕਹੁੰ ਸੇਵਾ ਕਰਨ ਦਾ ਬਲ ਉਦਮ ਸਮਰੱਥਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਓ ਨਾਨਕ ਨਾਮ ਅਰਾਧਿਆ ਕਾਰਜ ਆਵੈ ਰਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਵ ਕਲਾ ਕਾ ਗਿਆਤਾ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਵ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨਿਕੋ ਠਾਕੁਰ ਦਿਸਾਰਾ ਤੁਮ ਸਭ ਸਾਜੇ ਸਾਜ ਨਵਾਜੇ ਜਿਉ ਪਿੰਡ ਦੇ ਪ੍ਰਾਣਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨਾ ਜਾਣੈ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਵਧਾਤੇ ਤੁਮ ਰੱਖੋ ਆਪਣੇ ਮਾਲਾ ਤੁਮ ਨਿਧਾਨ ਅਟਲ ਸੁਲਤਾਨ ਜੇ ਜੰਤ ਸਭ ਜਾਚੈ ਕਹ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਤੁਮ ਨਿਧਾਨ ਅਟਲ ਸੁਲਤਾਨ ਜੇ ਜੰਤ ਸਭ ਜਾਚੈ ਕਹ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ